ਮੈਨੂੰ ਉਮੀਦ ਹੈ ਕਿ ਵੀ ਜਿਹੜੀ ਅਸੀਂ ਆਪਸ 'ਚ ਗੱਲਬਾਤ ਸ਼ੁਰੂ ਕੀਤੀ ਹੋਈ ਗੁਰਬਾਣੀ ਦੇ ਉੱਪਰ ਅਤੇ ਕੁਛ ਨਾ ਕੁਛ ਸਾਨੂੰ ਸਭ ਨੂੰ ਥੋੜ੍ਹਾ ਬਹੁਤ ਮੋਟੀਵੇਟ ਕਰ ਰਹੀ ਹੈ ਕਿ ਵੀ ਅਸੀਂ ਖੁਦ ਬ ਖੁਦ ਇਸ ਸਮੁੰਦਰ ਵਿੱਚ ਡੁੱਬੀ ਲਾਈਏ, ਕਿਉਂਕਿ ਇਹ ਸਮੁੰਦਰ ਐਸਾ ਨਹੀਂ ਹੈ ਕਿ ਜਿਹਦੇ ਵਾਸਤੇ ਤੈਰਾਕੀ ਅਸੀਂ ਸਿੱਖ ਕੇ ਕਿੱਥੋਂ ਆਉਣੀ। ਪਾਤਸ਼ਾਹ ਨੇ ਸਾਨੂੰ ਸਿਖਾ ਕੇ ਸਭ ਕੁਛ ਭੇਜਿਆ ਹੈ, ਪਰਮਾਤਮਾ ਦੀ ਕਿਰਤ ਦਾ ਅਸੀਂ ਹਿੱਸੇ ਹਾਂ ਜਦੋਂ, ਫਿਰ ਸਾਨੂੰ ਸਾਰੀ ਸਿਖਲਾਈ ਲੱਗੀ ਸਿਰਫ ਉਹਦਾ ਯੂਜੇਜ, ਉਹਦੀ ਐਪਲੀਕੇਸ਼ਨ ਲਾਈਫ ਵਿੱਚ ਨੂੰ ਕਿਵੇਂ ਅਸੀਂ ਇਸਤੇਮਾਲ ਕਰਨਾ, ਉਹ ਜਾਚ ਆਪਣੇ ਅੰਦਰੋਂ ਸਿੱਖੀ ਕੁਦਰਤ ਦੀ ਸਾਰੀ ਕਿਰਤ ਨੂੰ ਦੇਖਦੇ ਹਾਂ। ਸੋ ਅੱਜ ਦੀ ਵੀ ਜੋ ਪੌੜੀ ਹੈ ਇਹ ਵੀ ਸਾਨੂੰ ਇਸੇ ਪਾਸੇ ਪ੍ਰੇਰਿਤ, ਅਸੀਂ ਦੇਖਦੇ ਹਾਂ ਅੱਜ ਕਿਵੇਂ ਇਹ ਗੱਲਬਾਤ ਪਾਤਸ਼ਾਹ ਸਾਡੇ ਨਾਲ ਸਾਂਝ ਕਰਦੇ ਨੇ। ਜੇ ਜੁਗ ਚਾਰੇ ਪਾਤਸ਼ਾਹ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਹੋਏ, ਚੰਗਾ ਨਾਮ ਰਖਾਏ ਗਏ ਜਸ ਕੀਰ ਜਗ ਲਏ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਹਾਂ ਗੁਣ ਦੇ, ਤੇਹਾ ਕੋਈ ਨਾ ਸੋਚੇ ਜੇ ਤਿਸ ਗੁਣ ਕੋਈ ਕਰੇ। ਸੋ ਇਹ ਸੱਤੇ ਪੌੜੀ ਦਾ ਪਾਠ ਅਸੀਂ ਕੀਤਾ। ਪਹਿਲੀ ਜੋ ਪੰਕਤੀ ਹੈ, ਜੇ ਜੁਗ ਚਾਰੇ ਹੋਰ ਤਸਵੀਰ ਹੋਏ, ਹੁਣ ਬਿਲਕੁਲ ਸਿੱਧੇ ਸਿੱਧੇ ਵੀ ਨਹੀਂ ਲੱਗਦੇ ਨੇ, ਲੇਕਿਨ ਇੱਕ ਆਪਣੇ ਮਨ ਨੂੰ ਇੱਕ ਜਾਚ ਸਿਖਾਉਣੀ ਹੈ ਕਿ ਇਹ ਗੱਲਬਾਤ ਮੇਰੇ ਨਾਲ ਹੋ ਰਹੀ, ਮੇਰੇ ਵਾਸਤੇ ਹੋ ਰਹੀ, ਮੇਰੇ ਭਲੇ ਵਾਸਤੇ ਹੋ ਰਹੀ ਹੈ, ਮੇਰੇ ਸੁਧਾਰ ਵਾਸਤੇ ਹੋ ਰਹੀ ਹੈ, ਮੇਰੇ ਸੁੱਖ ਆਰਾਮ ਚੈਨ ਵਾਸਤੇ ਹੋ ਰਹੀ ਹੈ। ਸੋ ਜਿਹੜੇ ਵੀ ਲਫ਼ਜ਼ ਗੁਰਬਾਣੀ 'ਚ ਇਸਤੇਮਾਲ ਹੋਣਗੇ ਉਹਨੂੰ ਮੈਂ ਆਪਣੇ ਪਰਥਾਏ ਲੈ ਕੇ ਸਮਝਾਂਗਾ। ਹੁਣ ਜਿਵੇਂ ਉਹਦੇ ਪਹਿਲਾ ਲਫ਼ਜ਼ ਹੀ ਆਇਆ ਜੁਗ, ਅਤੇ ਇਹ ਵੀ ਜਿਹੜੀ ਸਾਡੇ ਮਨ 'ਚ ਖਿਆਲ ਆ ਜਾਂਦਾ ਹੈ, ਇੱਕ ਨੈਰੇਟਿਵ ਅਸੀਂ ਸਦੀਆਂ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਤਾਂ ਸਾਡੇ ਡੀ ਐੱਨ ਏ 'ਚ ਇੱਕ ਤਰ੍ਹਾਂ ਦਾ ਵਸ ਹੀ ਆ ਕਿ ਜੁਗ ਲਫ਼ਜ਼ ਆਇਆ ਅਤੇ ਸਾਨੂੰ ਚਾਰ ਯੁੱਗਾਂ ਦੀ ਗੱਲ ਇੱਕਦਮ ਦਿਮਾਗ 'ਚ ਆ ਗਈ। ਸੋ ਅਸੀਂ ਸਿੱਖਿਆ ਹੋਏ ਹਾਂ ਕਿ ਕੋਈ ਸੱਚਿੰਦ ਹੈ, ਕੋਈ ਦੁਆਪਰ ਹੈ, ਕੋਈ ਤ੍ਰੇਤਾ ਹੈ, ਉੱਥੇ ਕੋਈ ਕਾਜ ਹੋਰ ਐਟ ਪ੍ਰੈਜੈਂਟ ਅਸੀਂ ਕਲ ਯੁੱਗ ਵਿੱਚੋਂ ਪਾਸ ਹੋ ਗਏ, ਉਹ ਪੀਰੀਅਡ ਚੱਲ ਗਿਆ। ਇਹ ਮਿਥਿਆ ਗਿਆ ਕਿ ਇਹਨਾਂ ਦੀ ਸਭ ਦੀ ਕੋਈ ਨਾ ਕੋਈ ਏਜ ਹੈ, ਜਿੰਨੇ ਏਜ ਸਭ ਦੀ ਹੋ ਦੁਆਪਰ ਤ੍ਰੇਤਾ ਔਰ ਕਲ ਯੁੱਗ ਹੈ, ਇਹ ਸਭ ਕੁਛ ਇਤਿਹਾਸ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਇਸ ਤਰ੍ਹਾਂ ਕਿੱਥੇ ਹੈ ਨਹੀਂ ਹੈ ਡਿਵੀਜ਼ਨ, ਇਸ ਕਲਾਸੀਫਿਕੇਸ਼ਨ ਦਾ ਕੋਈ ਅਥੈਂਟੀਕੇਸ਼ਨ ਵੀ ਨਹੀਂ ਹੈ ਸਾਡੇ। ਆਦਿ ਕਾਲ ਤੋਂ ਦੁਨੀਆ ਚੱਲ ਰਹੀ ਹੈ, ਪਾਤਸ਼ਾਹ ਨੇ ਸ਼ੁਰੂਆਤ ਹੀ ਸਿੱਧੇ ਤੋਂ ਗੱਲ ਕੀਤੀ ਆਦਿ ਸੱਚ ਜੁਗਾਦ ਸੱਚ। ਸੋ ਇਹ ਕਲਾਸੀਫਿਕੇਸ਼ਨ ਕਿੱਥੇ ਹੈ ਨਹੀਂ ਹੈ, ਅਤੇ ਜੇਕਰ ਅਸੀਂ ਇਹ ਯੁਗਾਂ ਦੇ ਬਾਰੇ ਪੜ੍ਹਾਂਗੇ, ਮੈਨੂੰ ਲੱਗਦਾ ਜਿਨ੍ਹਾਂ ਨੇ ਲਿਖਿਆ ਸੀ ਨਾ ਇਹਦੇ ਬਾਰੇ 'ਚ ਉਹਨਾਂ ਨੇ ਠੀਕ ਹੀ ਲਿਖਿਆ ਸੀ, ਲੇਕਿਨ ਅਸੀਂ ਓਵਰ ਦਾ ਪੀਰੀਅਡ ਇਹਨੂੰ ਇਸ ਤਰ੍ਹਾਂ ਬਣਾ ਲਿਆ ਕਿ ਇਹ ਪੀਰੀਅਡ ਇਹਦੇ ਵਿੱਚ ਜਾਣ ਵਾਸਤੇ ਕੋਈ ਕਿਸੇ ਕੋਲੋਂ ਸਲਾਹ ਲੈਣੀ ਪਏਗੀ, ਕੋਈ ਕਿਸੇ ਕੋਲੋਂ ਮੰਤਰ ਲੈਣਾ ਪਏਗਾ, ਅਤੇ ਅਸੀਂ ਇੱਥੋਂ ਦੀ ਉੱਠ ਕੇ ਉਹ ਵਾਲਾ ਮਾਣ ਸਕਦੇ ਹਾਂ, ਵਰਨਾ ਇੰਝ ਹੈ ਨਹੀਂ। ਦੇਖੋ ਜੇਕਰ ਥੋੜ੍ਹਾ ਜਿਹਾ ਵੀ ਤੁਸੀਂ ਪੜ੍ਹੋਗੇ ਬਹੁਤ ਗਹਿਨ ਸਟੱਡੀ ਦੀ ਲੋੜ ਵੀ ਨਹੀਂ ਹੈ। ਸਾਥੀਓ ਉਸ ਪੀਰੀਅਡ ਨੂੰ ਕਿਹਾ ਗਿਆ ਸੀ ਜਿਹਦੇ ਵਿੱਚ 100% ਹਰ ਪ੍ਰਾਣੀ ਉਹਦੀ ਸੋਚ ਜਿਹੜੀ ਹੈ ਉਹ ਇਮਾਨਦਾਰ ਸੋਚ ਮਿਲਵਰਤਨ ਵਾਲੀ ਸੋਚ ਹੈ, ਔਰ ਇਹ ਸਾਰੇ ਜਿਹੜੇ ਗੁਣਾਂ ਦੀ ਗੱਲ ਕਰ ਰਹੇ ਹਾਂ ਅਸੀਂ, ਇਹ ਸਾਰੇ ਗੁਣਾਂ ਨੂੰ ਉਹਦੇ 'ਚ ਗਿਣਿਆ ਗਿਆ ਔਰ ਕਿਹਾ ਗਿਆ ਕਿ ਵੀ ਹਰ ਬੰਦਾ ਉਹਦੇ 'ਚ ਸੁਖੀ ਬਸਦਾ, ਕੋਈ ਕਿਸੇ ਨੂੰ ਦੁੱਖ ਨਹੀਂ। ਸੋ ਉਸ ਪੀਰੀਅਡ ਨੂੰ ਸਾਥੀ ਕਿਹਾ ਗਿਆ ਕਿਉਂਕਿ ਉਹਦੇ ਵਿੱਚ ਸੱਚ ਦਾ ਮਤਲਬ ਸੱਚ ਪਹਿਲੇ ਆ, ਸੱਚ ਉਹ ਜਿਹੜਾ ਮੇਰੇ ਅਨੁਕੂਲ ਹੈ, ਮੇਰੀ ਸੋਚਣੀ ਨੂੰ ਕੰਫਰਟੇਬਲ ਕਰਦਾ, ਉਹਨੂੰ ਅਸੀਂ ਸੱਚ ਕਹਿੰਦੇ ਹਾਂ। ਬਹੁਤ ਵਾਰੀ ਅਸੀਂ ਸੀਰੀਅਸ ਹੋ,
ਲਿਖਣ ਵਾਲੇ ਨੇ ਸਤਿਯੁਗ ਲਿਖਿਆ। ਹੁਣ ਅਸੀਂ ਇਹਨੂੰ ਟਾਈਮ ਪੀਰੀਅਡ ਬਣਾ ਕੇ ਕੀ ਬਣਾਤਾ ਉਹਦਾ, ਉਹ ਗੱਲ ਵੱਖਰੀ ਹੋ। ਤੁਸੀਂ ਇਹ ਸੋਚੋ ਕਿ ਵੀ ਜੇਕਰ ਇਹ ਵਾਲੀ ਬਿਰਤੀ ਹੋਵੇ ਸੱਚ ਵਾਲੀ, ਤੇ ਉਹਦੇ ਬਾਅਦ ਹੀ ਪੁਆਇੰਟ ਆਊਟ ਕੀਤਾ ਜਾ ਰਿਹਾ ਸੀ। ਇਸੇ ਤਰੀਕੇ ਨਾਲ ਜਦੋਂ ਦੂਜਾ ਕਹਿੰਦਾ ਨਾ ਦੁਆਪਰ, ਤੇ ਦੁਆਪਰ ਚੰਦ ਹੈਗਾ ਕਿ ਸ਼ਾਇਦ, ਮਤਲਬ ਐਗਜੈਕਟ ਮੈਨੂੰ ਯਾਦ ਨਹੀਂ ਹੈ, ਲੇਕਿਨ ਬਹੁਤ ਟਾਈਮ ਹੋ ਗਿਆ ਸਮਝ ਕੇ ਪੜ੍ਹੇ ਹੋਏ, ਉਹਦੇ ਸ਼ਾਇਦ 80-20, ਮਤਲਬ 80% ਇਮਾਨਦਾਰੀ ਸੱਚ ਰਹਿ ਗਿਆ, 20% ਉਹਦੇ ਝੂਠ ਨੇ, ਉਹਨੂੰ ਨੈਕਸਟ ਪੀਰੀਅਡ ਕਹਿ ਦਿੱਤਾ। ਫਿਰ ਆ ਗਿਆ ਉਸ ਤੋਂ ਅਗਲਾ, ਉਹਦੇ ਚਾਹੇ 50-50 ਜਾਂ 40-60, ਇਸ ਤਰ੍ਹਾਂ ਆਪਣੀ ਬਿਰਤੀਆਂ ਦੀ ਗਿਰਾਵਟ ਨਾਲ ਨਾਲ। ਔਰ ਜਦੋਂ ਕਲਯੁਗ ਆਇਆ ਤਾਂ ਉਹ ਫੁੱਲੀ ਗਿਰਾਵਟ, ਹਰ ਕੋਈ ਇੱਕ ਦੂਜੇ ਨੂੰ ਕੱਟਣ 'ਤੇ ਲੱਗਿਆ, ਇੱਕ ਦੂਜੇ ਨੂੰ ਖਾਣ 'ਤੇ ਲੱਗਿਆ, ਇੱਕ ਦੂਜੇ ਨੂੰ ਧੋਖਾ ਦੇਣ ਲੱਗਿਆ, ਇੱਕ ਦੂਜੇ ਦੇ ਸਿਰ 'ਤੇ ਚੜ੍ਹ ਕੇ ਅੱਗੇ ਵਧਣਾ ਚਾਹੁੰਦਾ, ਇਹਨੂੰ ਕਲਯੁਗ ਕਿਹਾ। ਸੋ ਇਹ ਡੈਫੀਨੇਸ਼ਨ ਨੂੰ ਜੇਕਰ ਅਸੀਂ ਆਪਣੇ ਮੱਦੇਨਜ਼ਰ ਰੱਖੀਏ, ਧਿਆਨ ਗੋਚਰੇ ਰੱਖੀਏ, ਤਾਂ ਮੈਸੇਜ ਆਲਮੋਸਟ ਕਲੀਅਰ ਹੈ ਕਿ ਯੁੱਗ ਕਿਹਨੂੰ ਕਹਿੰਦੇ। ਮੇਰੀ ਬਿਰਤੀ ਸੋਚਣ ਦੀ, ਜੇਕਰ ਉਹਦੇ ਵਿੱਚ ਟਰੁੱਥਫੁੱਲਨੈਸ ਹੈਗੀ ਹੈ, ਸੱਚਾਈ, ਮੈਂ ਕਿਸੇ ਨਾਲ ਧੋਖਾਧੜੀ ਨਹੀਂ ਕਰਨਾ ਚਾਹੁੰਦਾ, ਕਿਸੇ ਨਾਲ ਬੇਈਮਾਨੀ ਨਹੀਂ ਕਰਨਾ ਚਾਹੁੰਦਾ, ਅਤੇ ਅੰਦਰ ਸਕੂਨ ਪੂਰਾ ਹੈ, ਉਹ ਕੋਈ ਖੋ ਵੀ ਨਹੀਂ ਸਕਦਾ ਮੇਰੇ ਅੰਦਰ, ਮੇਰੇ ਸਾਹਮਣੇ ਭਾਵੇਂ ਕੋਈ ਅਨਪੜ੍ਹ ਗਵਾਰ ਆ ਜਾਏ, ਮੇਰੇ ਸਾਹਮਣੇ ਕੋਈ ਪੜ੍ਹਿਆ ਲਿਖਿਆ ਆ ਜਾਏ, ਮੇਰੇ ਸਾਹਮਣੇ ਕੋਈ ਬਹੁਤ ਵੱਡਾ ਅਹੁਦੇਦਾਰ ਆ ਜਾਏ, ਜਾਂ ਫਿਰ ਰਾਹ ਚੱਲਦਾ ਬੰਦਾ ਆ ਜਾਏ, ਮੇਰਾ ਉਹਦੇ ਨਾਲ ਬਿਹੇਵੀਅਰ ਇੱਕ ਸਾਰ ਹੈ, ਮੈਂ ਦੇਖ ਕੇ ਵਿਤਕਰਾ ਨਹੀਂ ਕਰਦਾ ਕਿਸੇ ਨਾਲ, ਸਤਿਯੁਗ। ਸੋ ਇਹਨੂੰ ਜੇਕਰ ਅਸੀਂ ਆਪਣੇ ਉੱਤੇ ਧਾਰੀਏ, ਅਤੇ ਇੱਥੋਂ ਲੈ ਕੇ ਦੂਜਾ ਐਕਸਟ੍ਰੀਮ ਕਲਯੁਗੇ, ਜਦੋਂ ਮੇਰੀ ਬਿਰਤੀ ਪੂਰੀ ਤਰ੍ਹਾਂ ਦੂਜੇ ਨੂੰ ਡੋਮੀਨੇਟ ਕਰਨ ਦੀ ਹੈ, ਦੂਜੇ ਨੂੰ ਦਬਾ ਕੇ ਰੱਖਣ ਵਾਲੀ ਹੈ, ਦੂਜੇ ਪ੍ਰਤੀ ਦੁਐਸ਼ ਨਫ਼ਰਤ ਵਾਲੀ ਹੈ, ਅਤੇ ਉਹਨੂੰ ਉਬਾਲ ਆਏਗਾ ਜਦੋਂ ਮੈਂ ਮੂੰਹ 'ਚੋਂ ਜਾਂ ਅੱਖਾਂ 'ਚੋਂ ਜਾਂ ਕੁਛ ਮੈਂ ਇਸ ਤਰ੍ਹਾਂ ਦਾ ਉਹਨੂੰ ਦਿਖਾਵਾਂਗਾ ਆਪਣਾ ਚਰਿੱਤਰ, ਲੇਕਿਨ ਪਹਿਲੇ ਤਾਂ ਉਬਾਲ ਮੈਂ ਖਾਵਾਂਗਾ, ਉਹ ਨਫ਼ਰਤ ਦਾ ਜਿਹੜਾ ਭਾਂਬੜ ਪਹਿਲੇ ਤਾਂ ਮੇਰੇ ਅੰਦਰ ਬਦਲੇਗਾ, ਅਤੇ ਕਹਿੰਦਾ ਕਲੇਸ਼ ਵਾਲੀ ਸਿਚੁਏਸ਼ਨ ਕਿੱਥੇ ਹੋਏਗੀ ਪਹਿਲੇ ਮੇਰੇ ਅੰਦਰ, ਮੈਂ ਤਰਿੰਜ ਰਿਹਾ ਹੋਵਾਂਗਾ, ਮੈਂ ਪੂਰੇ ਬੋਲ ਆਪਣੇ ਅੰਦਰ ਘੜ ਰਿਹਾ ਹੋਵਾਂਗਾ ਕਿ ਹੁਣ ਉਹ ਸਾਹਮਣੇ ਆਏਗਾ ਜਾਂ ਆਏਗੀ ਤਾਂ ਮੈਂ ਕੀ ਬੋਲਾਂ, ਚਾਹੇ ਮੇਰੇ ਘਰ ਦਾ ਬੰਦਾ ਹੋਵੇ ਚਾਹੇ ਬਾਹਰ ਦਾ ਬੰਦਾ ਹੋਵੇ। ਸੋ ਇਹ ਕਲਾ ਕਲੇਸ਼ ਦੀ ਅਵਸਥਾ ਨੂੰ ਗੱਲ ਚੁੱਕੀ। ਸੋ ਪਾਤਸ਼ਾਹ ਬੜੇ ਹੀ ਸੋਹਣੇ ਢੰਗ ਨਾਲ, ਦੇਖੋ ਲਫ਼ਜ਼ਾਂ ਦੀ ਚੋਣ ਵੀ ਉਹਨਾਂ ਦੀ ਸਿੰਪਲੀਸਿਟੀ ਸਾਦਗੀ, ਔਰ ਫਿਰ ਮੈਸੇਜ, ਹਰ ਚੀਜ਼ ਇੰਨਾ ਵਧੀਆ ਪੈਕੇਜ ਹੈ। ਹੁਣ ਕਹਿੰਦੇ ਨੇ ਜੇ ਯੁੱਗ ਚਾਰੇ, ਚਾਰੇ ਹੀ ਕਹਿੰਦੇ ਨੇ, ਅਸੀਂ ਪਹਿਲੇ ਵੀ ਸਮਝ ਆਏ ਹਾਂ ਚਾਰ ਆਚਾਰ ਤੋਂ ਬਣਿਆ ਹੈ, ਸੁੰਦਰਤਾ, ਸੋਹਣੇ, ਇਹ ਆਪਣੇ ਯੁੱਗ, ਮਤਲਬ ਮੇਰਾ ਜਿਹੜਾ ਹੈ ਲਾਈਫ ਦਾ ਟਾਈਮ ਪੀਰੀਅਡ। ਹੁਣ ਇਹਦੀ ਵੀ ਡਿਵੀਜ਼ਨ ਅਸੀਂ ਕਰਦੇ ਹਾਂ ਨਾ, ਕਦੀ 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 ਸਤਿਯੁਗ ਜਿਵੇਂ ਅਸੀਂ ਹੁਣੇ ਸਮਝੇ। ਸੋ ਉਸ ਦੇ ਪ੍ਰਥਾਏ ਪਾਤਸ਼ਾਹ ਕਹਿੰਦੇ ਨੇ ਜੇ ਇਹਨੂੰ ਸੁੰਦਰ ਬਣਾਉਣਾ ਹੈ, ਅਤੇ ਤੇਰੀ ਆਰਜ਼ਾ ਮੀਨਸ ਤੇਰਾ ਜਿਹੜਾ ਲਾਈਫ ਟਾਈਮ ਜਿਹੜਾ ਬੀਤ ਰਿਹਾ, ਇਹ ਸੁੰਦਰਤਾ ਜਿਵੇਂ ਕਹਿੰਦੇ ਨਾ ਚਾਰ ਚੰਨ ਲਾ ਕੇ, ਖੁਸ਼ਨੁਮਾ, ਸੰਭਿਆ ਹੋਇਆ, ਚੈਨ ਵਾਲਾ, ਆਰਾਮ ਵਾਲਾ, ਮਜ਼ੇ ਵਾਲਾ, ਆਨੰਦਿਤ, ਖਿਲਿਆ ਹੋਇਆ, ਬੁਝਿਆ ਹੋਇਆ। ਸੋ ਇਹ ਤੇਰੀ ਆਰਜ਼ਾ, ਇਹ ਤੇਰਾ ਲਾਈਫ ਟਾਈਮ ਜਿਹੜਾ ਤੈਨੂੰ ਪਾਸ ਕਰ ਲਿਆ ਉੱਥੇ, ਹੈ ਇਸ ਤਰ੍ਹਾਂ ਇਹਨੂੰ ਚਾਰ ਚੰਨ ਇਹਨੂੰ ਸੁੰਦਰਤਾ ਵਿੱਚ ਤੂੰ ਲਿਆ ਸਕਦਾ। ਅਗਰ ਤੇਰਾ ਧਿਆਨ ਆਪਣੇ ਇਸ ਸਤਿਯੁਗ ਤੋਂ ਕਲਯੁਗ, ਔਰ ਕਲਯੁਗ ਤੋਂ ਸਤਿਯੁਗ ਵੱਲ ਟਰੈਵਲਿੰਗ ਵੱਲ ਬਣਿਆ ਹੋਇਆ, ਹੋਰ ਦਸੂਣੀ ਹੋਏ, ਦਸੂਣੀ ਕਹਿੰਦੇ ਨੇ 10 times, 10 ਗੁਣਾ। ਸੋ ਇਹ 10 ਗੁਣਾ ਇੱਕ ਜਸਟ ਇੱਕ ਲਫ਼ਜ਼ ਹੈ, ਦਸੂਣੀ ਦਾ ਮਤਲਬ ਹੈ ਕਿ ਦਿਸ ਵਿਲ ਮਲਟੀਪਲਾਈ,
ਗੁਣਾ ਕਾ ਹੋਵੇ ਵਾਸਤਾ ਕਟ ਵਾਸ ਲਈਜੈ, ਜੇ ਗੁਣ ਹੋਵੇ ਸਾਜਣਾ ਮਿਤ ਸਾਂਝ ਕਰੀਜੇ, ਸਾਂਝ ਕਰੀਜੈ ਗੁਣਾ ਕੇ ਵੀ ਛੋੜ ਅਵਗਣ ਚਲੀ। ਸੋ ਇਹ ਜਿੰਨੇ ਗੁਣਾਂ ਦੀ ਸਾਂਝ ਮੈਂ ਆਪਣੇ ਆਪ ਨਾਲ ਕਰਾਂਗਾ, ਸੋ ਇਹ ਵੱਧਦਾ ਜਾਂਦਾ। ਤਾਂ ਦੇਖੋ ਦੁਨੀਆਂ ਵਿੱਚ ਕੋਈ ਵੀ ਚੀਜ਼ ਮੇਰੇ ਕੋਲ ਮੰਨ ਲਓ ਕੋਈ ਹੈ, ਮਿਠਾਈ ਦਾ ਪੀਸ ਹੈ, ਅਤੇ ਜੇ ਹੁਣ ਇੱਥੇ ਅਸੀਂ 8-10 ਬੰਦੇ ਦੇ ਬੈਠੇ ਹਾਂ, ਜੇਕਰ ਮੈਂ ਵੱਡਾਂਗਾ ਅਤੇ ਟਾਈਮੀ ਟਾਈਮੀ ਹੁੰਦਾ ਜਾਏਗਾ, ਔਰ ਮੇਰੇ ਵਾਸਤੇ ਉਹ ਪੀਸ ਇੱਕ ਨਹੀਂ ਬਚੇਗਾ, ਜਰਾ ਜਿਹਾ ਰਹਿ ਜਾਏਗਾ, ਇੱਕ ਪਾਰ ਉਹਦਾ ਬਹੁਤ ਛੋਟਾ ਜਿਹਾ ਪੋਰਸ਼ਨ ਰਹਿ ਜਾਏਗਾ। ਲੇਕਿਨ ਜੇਕਰ ਅਸੀਂ ਗੁਣ ਜਦੋਂ ਵੱਡਦੇ ਹਾਂ, ਸੋ 1 ਤੋਂ 2, 2 ਤੋਂ 3, 3 ਤੋਂ 4, ਔਰ ਫਿਰ ਜਦੋਂ ਇਹ ਅੱਗੇ ਵੱਡਣਗੇ, ਅਸੀਂ ਉਹ ਸਟੈਟਿਸਟਿਕਸ ਪੜ੍ਹਦੇ ਸੀ ਨਾ, ਪਰਮੋਟੇਸ਼ਨ ਕੰਬੀਨੇਸ਼ਨ, ਔਰ ਕਿਸ ਤਰੀਕੇ ਨਾਲ ਇਹ ਚੀਜ਼ਾਂ 'ਚ ਮਲਟੀਪਲਾਈ ਹੁੰਦੇ ਹਨ, ਚੇਨ ਰਿਐਕਸ਼ਨ ਹੁੰਦਾ। ਸੋ ਇਹ ਗੁਣ ਵੀ ਇੰਝੇ ਹੀ ਇਨਫੈਕਸ਼ੀਅਸ, ਇੰਝੇ ਹੀ ਵੱਧਦੇ ਨੇ। ਇਹ ਦਸੂਮੀ ਦਾ ਇਹ ਮਤਲਬ ਹੈ, ਜਿਉਂ ਹੀ ਅਸੀਂ ਇਹਨਾਂ ਨੂੰ ਧਾਰਾਂਗੇ ਔਰ ਵਰਤਾਂਗੇ, ਜਿਨ੍ਹਾਂ ਨਾਲ ਵਰਤਾਂਗੇ ਉਹਨਾਂ ਨੂੰ ਵੀ ਇਹਨੂੰ ਸੁੱਖ ਲੱਗੇਗਾ, ਆਰਾਮ ਲੱਗੇਗਾ, ਅਤੇ ਉਹ ਵੀ ਅੱਗੇ ਵੰਡਣਗੇ। ਹੋ ਸਕਦਾ ਅਸੀਂ ਸ਼ੁਰੂ ਆਪਣੇ ਪਰਿਵਾਰਾਂ 'ਤੇ ਹੋਈਏ, ਫਿਰ ਆਪਣੇ ਦੋਸਤਾਂ ਯਾਰਾਂ 'ਤੇ, ਸੰਬੰਧੀਆਂ 'ਤੇ, ਜਿੱਥੇ ਇੱਥੇ ਮੇਰਾ ਸਰਕਲ, ਸੋ ਇਹ ਅਨੰਤ ਹੈ ਨਾ। ਇਹ ਦਸੂਣੀ ਦਾ ਮਤਲਬ ਅਨੰਤ ਹੈ। ਜੋ ਮੈਂ ਇਹ ਯੁੱਗ ਨੂੰ ਕਲਯੁੱਗ ਤੋਂ ਸਾਥੀ ਬਣਾਉਂਦਾ ਟਰੈਵਲਿੰਗ ਸ਼ੁਰੂ ਕਰਦਾ, ਅਤੇ ਫਿਰ ਇਹ ਆਪਣੇ ਆਪ ਮੇਰੇ ਅੰਦਰੋਂ ਗੁਣ ਹੈਲਪ ਕਰਦੇ ਨੇ ਕਿ ਇਹਨੂੰ ਅਨੰਤ ਲਿਮਿਟਲੈਸ ਇਹਦੀ ਬੜੋਤਰੀ ਹੋ ਸਕਦੀ। ਅਸੀਂ ਇਹਦੇ ਸਮਾਜ ਦੀ ਕਲਪਨਾ ਕੀਤੀ ਨਹੀਂ ਹੋਣੀ, ਸੋਚਿਆ ਨਹੀਂ, ਅਸੀਂ ਕਸ਼ਮਕਸ਼ ਸੋਚੀ। ਹੁਣੇ ਥੱਲੇ ਬੈਠੇ ਹਾਂ, ਅੰਗਰੇਜ਼ ਜੀ ਮੇਰੇ ਨਾਲ ਜਿਹੜੇ ਬੈਠੇ ਸਨ ਜੋੜਿਆਂ ਦੇ ਕੋਲ, ਉਹ ਹੀ ਗੱਲ ਕਹਿ ਰਹੇ ਸਨ। ਮਤਲਬ ਆਪਣੇ ਤਾਂ ਕਿਸੇ ਨੇ ਨਹੀਂ ਲੈਣੀ ਇਸ ਗੱਲ ਨੂੰ, ਇੱਕ ਸਾਡਾ ਨਜ਼ਰੀਆ ਕਿਵੇਂ, ਉਹ ਕਹਿ ਰਹੇ ਸਨ ਕਿ ਬਈ ਦੇਖੋ ਜੀ, ਜਿਹੜੇ ਨੌਕਰੀਆਂ ਤੋਂ ਰਿਟਾਇਰ ਹੋ ਗਏ ਨੇ, ਵਿਹਲੇ ਹੋ ਗਏ, ਉਹਨਾਂ ਨੂੰ ਕੋਈ ਕੰਮ ਕਰ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਅੱਜ ਕੱਲ੍ਹ ਬੇਕਾਰੀ ਹੋ ਗਿਆ, ਅਤੇ ਜਿਹੜੇ ਬੰਦਿਆਂ ਨੇ ਆਪਣੇ ਕੰਮ ਕਰਨ, ਉਹਨਾਂ ਕੋਲ ਟਾਈਮ ਨਹੀਂ ਹੈ ਜੀ ਕਿ ਅਸੀਂ ਇਹ ਕਲਾਸ ਅਟੈਂਡ ਕਰ ਸਕੀਏ, ਸਾਨੂੰ ਹੋਰ ਬਹੁਤ ਪਾ ਜਾਂਦਾ, ਅਤੇ ਜਿਹੜੇ ਵਿਹਲੇ ਹੁੰਦੇ ਉਹ ਆ ਜਾਂਦੇ ਨੇ। ਦਿਸ ਇਜ਼ ਵਾਟ ਹੀ ਮੈਂਟ। ਸੋ ਇਹ ਜਿਹੜੀ ਸਾਡੀ ਸੋਚ ਹੈ ਨਾ, ਜੇ ਦੇਖੋ ਮੈਂ ਕਹਿੰਦਾ ਕਈ ਵਾਰੀ ਇਹ ਜੀਵਨ ਜਦੋਂ ਪੜ੍ਹਨਾ, ਹਾਲਾਂਕਿ ਹਿਸਟਰੀ 'ਚ ਬਹੁਤ ਇੰਟਰਸਟ ਨਹੀਂ ਹੈਗਾ, ਲੇਕਿਨ ਜਸਟ ਸੋਚੀਏ ਗੱਲ ਕਿ ਨਾਨਕ ਪਾਤਸ਼ਾਹ ਘਰੋਂ ਉੱਠੇ ਨੇ, ਅਤੇ ਉਹਦੇ ਘਰ ਵਾਲੇ ਵੀ ਨਾਮ ਨਹੀਂ ਸਨ ਉਹਨਾਂ ਦੇ। ਲੇਕਿਨ ਮੈਂ ਕਰਤਾਰਪੁਰ ਸਾਹਿਬ ਗਿਆ, ਅਤੇ ਉੱਥੇ ਪੀ ਟੀ ਸੀ ਵਾਲਿਆਂ ਨੇ ਮੇਰੇ ਕੋਲੋਂ ਉਹਨਾਂ ਨੇ ਇੰਟਰਵਿਊ ਲਿਆ, ਅਤੇ ਵੀ ਤੁਸੀਂ ਇੱਥੇ ਦਰਸ਼ਨ ਕਰਨ ਆਏ ਹੋ ਜਾਂ ਜੋ ਵੀ ਸਭ ਇਸ ਤਰ੍ਹਾਂ ਹੀ ਕਹਿੰਦੇ ਨੇ ਜਾਂਦੇ ਨੇ, ਅਤੇ ਮੈਂ ਕਿਹਾ ਮੈਂ ਦਰਸ਼ਨ ਵਾਸਤੇ ਨਹੀਂ ਆਇਆ, ਮੈਂ ਨਾ ਇਸ ਧਰਤੀ 'ਤੇ ਖੜ੍ਹਾ ਹੋ ਕੇ ਫੀਲ ਕਰਨਾ ਚਾਹੁੰਦਾ ਕਿ ਨਾਨਕ ਪਾਤਸ਼ਾਹ ਦੁਨੀਆਂ ਦਾ ਪਤਾ ਨਹੀਂ ਉਹਨਾਂ ਨੇ ਕਿੰਨੇ ਮੀਲ ਸਫ਼ਰ ਕੀਤਾ, ਔਰ ਕਿਹੜੇ ਵਿਦਵਾਨ ਤੋਂ ਲੈ ਕੇ, ਭੱਲੜਗੁਆਰ ਤੋਂ ਲੈ ਕੇ, ਅਮੀਰ ਤੋਂ ਲੈ ਕੇ ਗਰੀਬ ਤੱਕ, ਹਰ ਤਰ੍ਹਾਂ ਦੇ ਬੰਦੇ ਨਾਲ ਉਹਨਾਂ ਨੇ ਇੰਟਰੈਕਟ ਕੀਤਾ। ਲੇਕਿਨ ਇੱਥੇ ਆ ਕੇ 72 ਸਾਲ ਦੀ ਉਮਰ ਤੱਕ ਆਪਣੀ ਖੇਤੀਬਾੜੀ ਵੀ ਕਰਦੇ ਸਨ। ਮਤਲਬ ਜੇ ਉਹਨਾਂ ਨੇ ਬਾਣੀ 'ਚ ਲਿਖਿਆ ਕਿ ਘਰ ਖਾਏ ਕਿ ਛੱਤੋਂ ਦੇ, ਨਾਨਕ ਰਾਹ ਪਛਾਣੇ ਸੇ, ਬਸ ਪ੍ਰੈਕਟੀਕਲ ਆਉਂਦੇ ਉਹਨਾਂ ਨੇ ਬੰਦੇ ਇਹ ਨਹੀਂ ਕੀਤੀ ਕਿ ਮੈਂ ਆਪਣੀ ਰੋਟੀ ਆਪਣੀ ਕਮਾਣੀ ਦੱਸ, ਉਹਨਾਂ ਨੇ ਰਾਹ ਚੱਲਦੇ ਹੀ ਆਪਣੀ ਰੋਟੀ ਖੁਦ ਕਮਾਈ ਹੋਈ, ਇਸ ਤੋਂ ਨਜ਼ਰ ਆਉਂਦਾ। ਸੋ ਮੈਂ ਕਿਹਾ ਮੈਂ ਇਸ ਧਰਤੀ 'ਤੇ ਖੜ੍ਹਾ ਹੋ ਕੇ ਉਹ ਫੀਲਿੰਗ ਲੈਣਾ ਚਾਹੁੰਦਾ ਕਿ ਆਪਣੇ ਹੱਥੀਂ ਕੰਮ ਕਰਕੇ, ਆਪਣੇ ਕਾਰ ਵਿਹਾਰ, ਆਪਣੀ ਫੈਮਿਲੀ ਲਾਈਫ ਦੀ ਕਸ਼ਮਕਸ਼ 'ਚ ਰਹਿੰਦਿਆਂ ਹੋਇਆਂ ਵੀ ਅਸੀਂ ਇਹ ਗੁਰਬਾਣੀ ਵੱਲ ਆਪਣਾ ਝੁਕਾਵ ਬਣਾ ਸਕਦੇ ਹਾਂ। ਇਹ ਮੈਂ ਤੁਹਾਡੇ ਨਾਲ ਜਦੋਂ ਗੱਲ ਕਰ ਰਿਹਾ, ਅਸੀਂ ਪਹਿਲੇ ਦਿਨ ਹੀ ਗੱਲ ਕੀਤੀ ਸੀ ਕਿ ਵੀ ਵੀ ਸਿਟਿੰਗ ਲਾਈਕ ਏ ਫੈਮਿਲੀ ਮੈਂਬਰ, ਭਰਾ ਭੈਣ ਬੈਠੇ ਸਾਰੇ, ਉਹ ਚਾਂਸ ਦੀ ਗੱਲ, ਮੈਂ ਅਗਰ ਖੜ੍ਹਾ ਹੋਇਆ ਵਾਂ ਬੋਲ ਰਿਹਾ ਵਾਂ, ਲੇਕਿਨ ਇਹਦਾ ਇਹ ਹਰਗਿਜ਼ ਮਤਲਬ ਨਹੀਂ ਹੈ ਕਿ ਮੈਂ ਬਹੁਤ ਭਾਰੀ ਵਿਦਵਾਨ ਇੱਥੇ ਆ ਗਿਆ ਅਤੇ ਤੁਸੀਂ ਸਾਰੇ ਇਸ ਤਰ੍ਹਾਂ ਦੀ ਸੋਚ ਬਿਲਕੁਲ ਨਹੀਂ। ਮੈਨੂੰ ਵੀ ਆਪਣੀ ਪੜ੍ਹਾਈ ਲਿਖਾਈ ਕਰਦਿਆਂ ਆਇਆ ਇਹ ਅਟਰੈਕਸ਼ਨ ਹੋਈ ਬੜੀ ਜ਼ਬਰਦਸਤ ਕਿ ਸੱਚਮੁੱਚ ਲਾਈਫ ਵਾਸਤੇ ਕੁਝ ਬਹੁਤ ਯੂਜ਼ਫੁਲ ਚੀਜ਼।
ਜਿਹੜਾ ਉਹ ਤੁਹਾਡੇ ਵਿੱਚ ਲਿਆਇਆ ਮੈਂ। ਹੋਰ ਵੀ ਬੜੀ ਜਗ੍ਹਾ 'ਤੇ ਇਸ ਤਰ੍ਹਾਂ ਇੰਟਰੈਕਸ਼ਨ ਹੁੰਦੀਆਂ ਨੇ, ਲੇਕਿਨ ਇਹ ਮਾਹੌਲ ਖੁਸ਼ਨੁਮਾ ਕਿਵੇਂ ਬਣਾਇਆ? ਖਾਲੀ ਪਾਣੀ ਨੂੰ ਗਾ ਦੇਈਏ ਗੁਰਦੁਆਰੇ ਸਵੇਰੇ ਸ਼ਾਮ ਮੱਥਾ ਟੇਕ ਆਈਏ, ਕੜਾਹ ਪ੍ਰਸ਼ਾਦ ਲੈ ਆਈਏ, ਜਾਂ ਜੋ ਵੀ ਜਿਹਦਾ ਰੁਟੀਨ ਅਸੀਂ ਧਾਰਮਿਕ ਰੁਟੀਨ ਆਪਣੇ ਬਣਾਏ ਹੋਏ, ਸੋ ਇਹ ਆਪਣੀ ਆਰਜ਼ਾ ਨੂੰ ਇਹਨੂੰ ਚਾਰ ਚੰਨ ਕਦੋਂ ਲਗਾਉਣਾ ਹੈ? ਇਹ ਕੀਮਤੀ ਸਮਾਂ ਤਾਂ ਹੁਣ ਮਿਲਿਆ ਹੋਇਆ, ਇਹਨੂੰ ਹੁਣੇ ਇੰਤਿਆਸ਼ ਕਰਨਾ ਚਾਹੀਦਾ। ਸੋ ਇਹ ਵਾਲੀ ਫੀਲਿੰਗ ਜਿਹੜੀ ਲੈ ਕੇ ਅਸੀਂ ਤੁਰਾਂਗੇ। ਅਤੇ ਮੈਨੂੰ ਪੁੱਛ ਰਹੇ ਸਨ ਕਿ ਕਿੰਨੇ ਬੰਦੇ ਨੇ, ਮੈਂ ਕਿਹਾ 1.25 ਲੱਖ ਹੁੰਦਾ, ਜਿੰਨੇ ਆਉਂਦੇ ਨੇ 1.25 ਲੱਖ ਨਾਲ ਮਲਟੀਪਲਾਈ ਕਰ ਲਓ, ਇੰਨੀ ਸੰਗਤ ਹੁੰਦੀ ਹੈ ਹਰ ਵਾਰ। ਸੋ ਫੈਮਿਲੀ ਮੈਂਬਰ ਇੱਕ ਵੀ ਬੈਠਾ ਹੋਏਗਾ, ਕੋਈ ਵੀ ਨਹੀਂ ਬੈਠਾ ਹੋਏਗਾ, ਤਾਂ ਮੈਂ ਆਪਣੇ ਨਾਲ ਵੀ ਗੱਲ ਕਰ ਸਕਦਾ, ਹੈ ਤਾਂ ਮੇਰੇ ਮਨ ਨਾਲ ਹੀ ਗੱਲ ਕਰਦਾ। ਸੋ ਇਹ ਪ੍ਰੋਸੈਸ ਇਸ ਤਰੀਕੇ ਨਾਲ ਚੜ੍ਹਦੀ ਕਲਾ ਵਿੱਚ ਆਪਣੇ ਆਪ ਨੂੰ ਦੇ ਵਿੱਚ ਕੰਟੀਨਿਊ ਕਰਨਾ। ਅਗਲੀ ਪੰਕਤੀ ਹੈ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸੰਤ। ਅਤੇ ਹੁਣ ਜਦੋਂ ਖੰਡ ਵੀ ਆਉਂਦੀਆਂ ਨਾ, ਤਾਂ ਇਹ ਵੀ ਪੁਰਾਤਨ ਵੈਦਿਕ ਵਰਡਸ ਹੈਗੇ ਨੇ, ਸ਼ਾਸਤਰਾਂ ਦੇ ਯੂਜ ਕੀਤੇ ਗਏ ਨੇ ਇਹਨਾਂ ਬੜੇ ਬੜੇ ਸਾਰੇ। ਜਿਵੇਂ ਅਸੀਂ ਯੁੱਗ ਨੂੰ ਸਮਝਿਆ, ਉਹ ਜੇ ਖੰਡ ਖੰਡ ਉਹਨਾਂ ਨੇ ਕੀ ਕੀਤਾ ਹੈ ਕਿ ਬਾਡੀ ਦੇ ਪਾਰਟਸ ਨੂੰ ਅਲੱਗ ਅਲੱਗ ਖੰਡ ਕਿਹਾ। ਜਿਵੇਂ ਇੱਕ ਜੀਵਾ ਹੈ, ਜੀ ਹਸ ਹੱਥ, ਫਿਰ ਮਸਤਿਸ਼ਕ, ਸਿਰ, ਪੈਰ, ਸਕਿਨ, ਸਾਡਾ ਯੂਰੀਨਰੀ ਸਿਸਟਮ, ਇਹ ਸਾਰੀ ਚੀਜ਼ਾਂ ਨੂੰ ਨਾ ਉਹਨਾਂ ਨੇ ਖੰਡ ਕਿਹਾ। ਸੋ ਅਗੇਨ ਜੇਕਰ ਉਹ ਮੀਨਿੰਗ ਵੀ ਇੱਥੇ ਲਗਾਈ ਤਾਂ ਸਮਝ ਆ ਜਾਂਦੀ ਹੈ ਕਿ ਨਵਾਂ ਖੰਡਾਂ ਵਿੱਚ ਇਹਦਾ ਮਤਲਬ ਮੈਨੂੰ ਆਪਣੇ ਬਾਡੀ ਦੀ ਵਰਕਿੰਗ ਦੇ ਬਾਰੇ 'ਚ ਕਿਵੇਂ ਮੇਰੀ ਸੋਚ ਹਰ ਜਗ੍ਹਾ 'ਤੇ ਇਫੈਕਟ ਕਰਦੀ ਹੈ। ਦੇਖੋ ਸ਼ਾਇਦ ਆਪ ਜੀ ਚੋਂ ਹੁਣ ਕੋਈ ਸਾਇੰਸ ਜਾਂ ਬਾਇਓਲੋਜੀ ਦੇ ਸਟੂਡੈਂਟ ਹੈ ਕਿਵੇਂ ਨਹੀਂ ਪਤਾ, ਲੇਕਿਨ ਇੰਨੀ ਕੋਮਨ ਵਾਲੀ ਜਿਹੜੀ ਸਾਰੇ ਕੋਲ ਨੌਲੇਜ ਹੈ ਕਿ ਅਸੀਂ ਆਪਣੇ ਆਪ ਵੀ ਕੋਈ ਛੋਟੀ ਜਿਹੀ ਸਰਦੀ ਜ਼ੁਕਾਮ ਹੁੰਦੀ ਹੈ, ਗਲਾ ਖਰਾਬ ਹੁੰਦਾ, ਤਾਂ ਕੈਮਿਸਟ ਕੋਲ ਆਪੇ ਕਿਆ ਕਹਿੰਦੇ ਹੈ ਹੋਰ ਹੀ ਟੈਬਲੇਟ ਦੇ ਦਿਓ। ਦੈਟ ਮੀਨਸ ਵੀ ਨੋ ਸਮਥਿੰਗ, ਕਿਉਂਕਿ ਡਾਕਟਰਸ ਕੋਲ ਮੈਂ 10-15 ਵਾਰੀ ਹੋ ਆਇਆ ਜੇ ਮੇਰਾ ਗਲਾ ਰੈਗੂਲਰ ਖਰਾਬ ਹੁੰਦਾ ਜਾਂ ਕਫ ਕੋਲਡ ਹੋ ਜਾਂਦਾ ਹਰ ਸੀਜ਼ਨ ਵਿੱਚ, ਤਾਂ ਮੈਨੂੰ ਪਤਾ ਹੀ ਹੈ ਕਿ ਵੀ ਇਹ ਦਵਾਈ ਲੈਣੀ ਹੈ। ਦੈਟ ਮੀਨਸ ਮੈਨੂੰ ਆਪਣੇ ਬਾਡੀ ਦੇ ਮਕੈਨਿਜ਼ਮ ਦੇ ਬਾਰੇ 'ਚ ਕੁਛ ਪਤਾ। ਤੁਹਾਡੀ ਗਿਆਨ ਵਾਸਤੇ ਇਹ ਵੀ ਦੱਸ ਦੇਵਾਂ ਕਿ ਜੋ ਸਾਡੀ ਸੋਚਣੀ ਚੱਲਦੀ ਹੈ, ਬਾਡੀ ਵਿੱਚ ਸਾਡੇ ਬਹੁਤ ਸਾਰੇ ਗਲੈਂਡਸ ਹੈਗੇ, ਜਿਵੇਂ ਕੋਮਨ ਤੁਹਾਨੂੰ ਦੱਸਦਾ ਇਹ ਥਾਇਰਾਇਡ ਗਲੈਂਡ ਹੈ, ਸਭ ਨੂੰ ਪਤਾ ਇਹਦੇ ਬਾਰੇ 'ਚ। ਸੋ ਇਹ ਗਲੈਂਡ ਕੁਛ ਸਕ੍ਰੀਸ਼ਨਸ ਕਰਦੇ ਨੇ, ਇੱਕ ਤਾਂ ਨੈਚੁਰਲ ਸਿਸਟਮ ਹੈ ਕਿ ਇਹਦੇ 'ਚੋਂ ਸਕ੍ਰੀਸ਼ਨ ਹੋਏਗੀ, ਜੋ ਜੂਸ ਨਿਕਲਦਾ ਉਹ ਮੇਰੇ ਗਲੇ ਦੇ ਥਰੂ ਮੇਰੇ ਡਾਈਜੈਸਟਿਵ ਸਿਸਟਮ ਵਿੱਚ ਜਾਂ ਕਿੱਥੇ ਵੀ ਉਹਦੀ ਜਿੰਨੀ ਲੋੜ ਹੈ ਉੱਥੇ ਜਾ ਕੇ ਵਰਕਿੰਗ ਕਰਦਾ, ਇਹ ਕੁਦਰਤ ਦਾ ਸਿਸਟਮ। ਦੂਜਾ ਸਿਸਟਮ ਇਹ ਹੈਗਾ ਵੇ ਕਿ ਜਦੋਂ ਮੇਰੀ ਸੋਚਣੀ 'ਚ ਕੋਈ ਉਥਲ ਪੁਥਲ ਹੁੰਦੀ ਹੈ, ਡਿਸਟਰਬ ਦੇ ਮਾਮਲੇ 'ਚ, ਗੁੱਸੇ 'ਚ, ਤਲਖੀ 'ਚ, ਕਾਹਲੇ 'ਚ, ਕੁਛ ਵੀ ਇਸ ਤਰ੍ਹਾਂ ਦਾ ਜ਼ਿਕਰ ਹੈਗਾ, ਸੋ ਇਹ ਜਿਹੜੇ ਗਲੈਂਡਸ ਹੈਗੇ ਨੇ ਤਾਂ ਵੀ ਸੈਕ੍ਰੀਸ਼ਨ ਕਰਦੇ ਨੇ। ਲੇਕਿਨ ਤਾਂ ਜਿਹੜੀ ਸੈਕ੍ਰੀਸ਼ਨ ਹੁੰਦੀ ਹੈ ਇੱਕ ਤਾਂ ਉਹ ਅਨਟਾਈਮਲੀ ਹੁੰਦੀ ਹੈ, ਬਾਡੀ ਨੂੰ ਰਿਕੁਆਇਰਡ ਨਹੀਂ ਸ਼ੁਰੂ ਹੋ ਗਈ, ਅਤੇ ਉਹ ਬਜਾਏ ਇਨਫਰਾਸਟ੍ਰਕਚਰ ਕੰਮ ਕਰਨ ਦੇ ਬਾਡੀ ਦੇ ਅੰਦਰ ਖਰਾਬੀ ਪੈਦਾ ਕਰਦੀ ਹੈ, ਇਹ ਬਾਡੀ ਦਾ ਸਿਸਟਮ। ਸੋ ਜਦੋਂ ਪਾਤਸ਼ਾਹ ਗੱਲ ਕਰਦਾ ਨਾ ਨਵਾਂ ਖੰਡਾ ਵਿੱਚ ਆਉਣੀ, ਦੈਟ ਮੀਨਸ ਮੈਨੂੰ ਆਪਣੇ ਹਰ ਅੰਗ ਅੰਗ ਆਪਣੇ ਰੋਮ ਰੋਮ ਇਹਨੂੰ ਕਿਸ ਸੋਚ ਨਾਲ ਚਲਾਉਣਾ ਚਾਹੀਦਾ, ਕੁਦਰਤ ਨਾਲ ਐਲਾਈਨ ਕਰਕੇ, ਕਿਉਂਕਿ ਅਸੀਂ ਕੁਦਰਤ ਦੇ ਬਣਾਏ ਹੋਏ, ਇਹ ਨਿਰਮਾਣ ਮੇਰਾ ਮੇਰੇ ਹੱਥੀਂ ਨਹੀਂ। ਜਿਸ ਦਿਨ ਮੇਰੀ ਆਗਮਨ ਇਸ ਦੁਨੀਆਂ ਵਿੱਚ ਰਜਿਸਟਰ ਹੋਇਆ, ਉਸ ਦਿਨ ਤੋਂ ਲੈ ਕੇ ਜਿਸ ਦਿਨ ਮੈਨੇ ਇਹ ਸਰੀਰ ਛੱਡਣਾ ਹੋ, ਜਦ ਤੱਕ ਇਹ ਹਰ ਇੱਕ ਮੂਵਮੈਂਟ ਮੇਰੀ ਜਿਹੜੀ ਮੈਨੂੰ ਨਹੀਂ ਵੀ ਪਤਾ ਉਹ ਕੁਦਰਤ ਦੇ ਨਿਯਮਾਂ ਦੇ ਅਧੀਨ ਹੀ ਹੁੰਦੀ ਹੈ। ਸੋ ਪਾਤਸ਼ਾਹ ਇੱਥੇ ਕਹਿ ਰਹੇ ਨੇ ਕਿ ਆਪਣੀ ਇਸ ਬਾਡੀ ਇਸ ਰੋਮ ਰੋਮ ਦੀ ਜਾਣਕਾਰੀ, ਆਪਣੀ ਸੋਚ ਦੀ ਜਾਣਕਾਰੀ ਕਿ ਇਹ ਮੇਰੇ ਬਾਡੀ ਦੇ ਸਿਸਟਮ ਨੂੰ ਇਮਬੈਲੈਂਸ ਨਾ ਕਰੇ, ਉਹਦੇ ਵਿੱਚ ਡਿਸਟਰਬ
ਡਿਸਟਰਬੈਂਸ ਪੈਦਾ ਨਾ ਕਰ ਦੇਵੇ। ਇਸ ਕਰਕੇ ਕਹਿ ਰਹੇ ਨੇ ਹੁਣ ਜਦੋਂ ਮੈਂ ਧਿਆਨ ਗੋਚ ਤੇ ਹੋਇਆ ਕਿ ਕਲਯੁਗ ਤੋਂ ਸਤਯੁਗ ਵੱਲ ਟਰੈਵਲ ਕਰਨਾ ਹੈ ਅਤੇ ਨਵਾਂ ਖੰਡਾ ਵਿੱਚ ਆਉਣੀ ਹੈ, ਹੁਣ ਮੈਨੂੰ ਪੂਰੀ ਜਾਣਕਾਰੀ ਦੇ ਰਹੇ ਨੇ ਸਾਰੇ ਮੇਰੇ ਅੰਗ ਕਿ ਇਹਨਾਂ ਨੂੰ ਕਿਵੇਂ ਮੈਂ ਸੋਧਣਾ, ਆਪਣੇ ਸਰੀਰ ਨੂੰ ਵੀ ਆਪਣੀ ਸੋਚ। ਨਵਾਂ ਖੰਡਾ ਵਿੱਚ ਜਾਣੀਏ, ਮੈਂ ਜਾਣਕਾਰ ਹੋਈ ਜਾ ਰਿਹਾ, ਨਾਲ ਚਲੇ ਸਭ ਹੋਏ, ਔਰ ਕਿਉਂਕਿ ਜੇ ਜਾਣਕਾਰੀ ਐਸ ਪਰ ਰੱਬੀ ਨਿਯਮ ਹੈ, ਰੱਬੀ ਨਾਂ ਦੇ ਮੁਤਾਬਕ ਹੈ, ਸੋ ਇਹ ਸਾਰੇ ਲੋਕ ਸਾਥ ਦਿੰਦੇ, ਕਿਉਂਕਿ ਅੰਦਰੋਂ ਹੀ ਖੇਡਾ ਆ ਜਾਂਦਾ। ਦੇਖੋ ਨਾ, ਹਲਕਾ ਜਿਹਾ ਸਿਰ ਦਰਦ ਹੋਵੇ, ਤੁਸੀਂ ਬੜੇ ਵਧੀਆ ਕਿਸੇ ਫੰਕਸ਼ਨ ਵਾਸਤੇ ਤਿਆਰ ਹੋਏ ਹੋ, ਤੁਸੀਂ ਕਹੋਗੇ ਮੈਂ ਨਹੀਂ ਜਾ ਸਕਦਾ, ਸਾਰੇ ਕੱਪੜੇ ਤਿਆਰ ਪਏ ਨੇ, ਗੱਡੀਆਂ ਤਿਆਰ ਖੜੀਆਂ ਨੇ, ਫੰਕਸ਼ਨ ਵੀ ਬੜਾ ਸਾਨੂੰ ਪਤਾ ਚੱਲ ਗਿਆ ਜ਼ਬਰਦਸਤ, ਲੇਕਿਨ ਹਲਕੀ ਜਿਹੀ ਸਿਰ ਦਰਦ ਸ਼ੁਰੂ ਹੋ ਜਾਏ ਤਾਂ ਯੂ ਕੈਨ ਨਾਟ, ਸਭ ਧਰਿਆ ਧਰਿਆ ਰਹਿ ਜਾਂਦਾ, ਹੈ ਨਾ। ਸੋ ਸਾਥ ਕਦੋਂ ਹੁੰਦਾ ਹੈ, ਜਦੋਂ ਪੂਰੀ ਅੰਦਰੋਂ ਵੀ ਅਤੇ ਬਾਹਰੋਂ ਵੀ ਪੂਰੀ ਤਰ੍ਹਾਂ ਫਿੱਟ, ਮੇਰੀ ਸੋਚ ਵੀ ਜਾਣ ਵਾਸਤੇ ਉਮੰਗ ਪੂਰੀ ਹੈ, ਕਿਆ ਸ਼ਾਮਿਲ ਹੋਣਾ, ਅੰਦਰੋਂ ਵੀ ਪੂਰੀ ਉਮੰਗ ਹੈ ਔਰ ਸਰੀਰ ਵੀ ਪੂਰਾ ਸਾਥ ਦੇ ਰਿਹਾ ਕਿ ਹਾਂ ਚਲੋ ਨਾਲ ਚਲੇ ਸਭ ਹੋਏ। ਹੁਣ ਮੇਰਾ ਰੋਮ ਰੋਮ ਮੇਰਾ ਦਿਲ ਵਿੱਚ ਸਾਥ ਦਿੰਦਾ ਹੈ, ਚਲਦਾ ਹੋਇਆ ਕਿਹਦੀ ਕਰਕੇ ਉਮੰਗ ਬਣੀ ਖੇੜਾ ਬਣਦਾ। ਜੇ ਇਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਹੁਣ ਜਦੋਂ ਇਹ ਗੱਲ ਕਹਿ ਰਹੇ ਨੇ ਜੇ ਇਸ, ਮੈਨੂੰ ਲੱਗਦਾ ਕਿ ਵੀ ਜਿੰਨੀ ਅਸੀਂ ਪੌੜੀਆਂ ਕਰ ਰਹੇ ਹਾਂ ਇਸ ਦਾ ਅਰਥ ਜਿਹੜਾ ਹੈ ਉਹ ਕਿਸ ਪਥਾਈ ਯੂਜ਼ ਕੀਤਾ ਹੈ, ਮੈਨੂੰ ਲੱਗਦਾ ਕਿ ਸਾਨੂੰ ਥੋੜ੍ਹੀ ਬਹੁਤ ਤੁਹਾਡੀ ਪਹਿਲਾਂ ਜ਼ਰੂਰ ਹੈ। ਜੇ ਤਿਸ ਨਜ਼ਰ ਨਾ ਆਵੇ ਤਿਸ ਇੱਥੇ ਅਗੇਨ ਮੇਰੇ ਮਨ ਮੇਰੇ ਹਿਰਦੇ ਤਿਸ ਦੇ ਥੱਲੇ ਔਂਕੜ ਵੀ ਇੱਕ ਮੇਰੀ ਸੋਚ ਦੇ ਪਰਚਾਈ ਗੱਲ ਮੇਰੇ ਮਨ ਦੇ ਪਰਚਾਈ ਗੱਲ ਹੋਈ ਹੈ, ਜਿੱਥੇ ਬਹੁਤ ਸਾਰੇ ਖਿਆਲ ਲਗਾਤਾਰ ਬਣਦੇ ਹਰ ਮੂਮੈਂਟ 'ਤੇ ਬਣਦੇ ਹਨ। ਸੋ ਕਹਿ ਰਹੇ ਹਾਂ ਜੇ ਇਸ ਨਦਰ ਨਦਰ ਦੇ ਰਰੇ ਨੂੰ ਸਿਹਾਰੀ ਨਦਰ ਵਿੱਚ ਅੰਡਰ ਦ ਬਲੈਸਫੁਲ ਆਈਜ਼ ਅੰਡਰ ਦ ਬਲੈਸਿੰਗਸ, ਹੈ ਨਾ। ਨਦਰ ਨਦਰ ਅਸੀਂ ਕਿਰਪਾ ਨੂੰ ਕਹਿੰਦੇ ਹਾਂ, ਬਲੈਸਿੰਗਸ ਨੂੰ ਕਹਿੰਦੇ ਹਾਂ। ਜੇ ਇਸ ਨਦਰ ਨਾ ਆਵੇ ਹੁਣ ਜੇਕਰ ਇਹ ਮੇਰੇ ਮਨ ਤੂੰ ਉਸ ਕਿਰਪਾ ਦ੍ਰਿਸ਼ਟੀ ਦੇ ਥੱਲੇ ਨਹੀਂ ਆਪਣੀ ਵਰਕਿੰਗ ਕਰ ਰਿਹਾ ਜਾਂ ਹਾਲੀ ਵੀ ਤੂੰ ਉਹਦੇ ਵਾਸਤੇ ਤਿਆਰੀ ਨਹੀਂ ਕੀਤੀ, ਆਪਣੀ ਅੰਦਰੋਂ ਇੱਛਾ ਨਹੀਂ ਬਣਾਈ, ਤਾਂ ਵਾਦ ਨਾ ਪੁੱਛਿਆ ਕਿ ਵਾਦ ਕਹਿੰਦੇ ਨੇ ਗੱਲਬਾਤ ਵਾਰਤਾਲਾਪ, ਵਾਰਤਾਲਾਪ ਕਿਹਦੇ ਨਾਲ ਕਰਨੀ, ਜੇ ਮੇਰੇ ਖਿਆਲ ਨੇ ਤਾਂ ਉਹ ਕਿਹਦੇ ਨਾਲ ਵਾਰਤਾਲਾਪ ਕਰਨਗੇ, ਕੁਦਰਤ ਦੀ ਕਰਨੀ ਨਾਲ ਵਾਰਤਾਲਾਪ, ਉੱਥੋਂ ਕੁਦਰਤ ਦਿਸਦਾ ਜਾਂ ਕੁਦਰਤ ਸੁਣੀਏ, ਕੁਦਰਤ ਬਹੁਤ ਸੰਸਾਰ ਉੱਥੋਂ ਦੇਖਣਗੇ, ਉੱਥੋਂ ਸਿੱਖਣਗੇ ਔਰ ਉਹਨੂੰ ਫਿਰ ਬੜੇ ਸਤਿਕਾਰ ਪਿਆਰ ਨਾਲ ਐਡੋਪਟ ਕਰਨਗੇ, ਕਿਉਂਕਿ ਉਹਦੇ ਵਿੱਚ ਸੁੱਖਾਂ ਦਾ ਸਾਰ, ਸੁੱਖਾਂ ਦੀ ਉਹਦੇ ਵਿੱਚ, ਸੋ ਅਲਟੀਮੇਟ ਉਹਦੇ ਵਿੱਚ ਮੇਰੇ ਵਾਸਤੇ ਆਰਾਮ ਚੈਨ ਸੁੱਖ ਹੈਗਾ। ਸੋ ਜੇ ਇਸ ਨਜ਼ਰ ਨਾ ਆਵੇ, ਜੇ ਹਾਲੀ ਵੀ ਤਿਆਰੀ ਨਹੀਂ ਕੀਤੀ ਤਾਂ ਬਾਤ ਨਾ ਪੁੱਛੇ, ਫਿਰ ਤੇਰੀ ਗੱਲਬਾਤ ਜਿਹੜੀ ਹੈ ਨਾ ਹੈ ਮੇਰੇ ਮਨ ਸੱਚ ਨਾਲ ਹੋ ਨਹੀਂ ਪਾਏਗੀ, ਇਸ ਪੱਖੋਂ ਸੁਚੇਤ ਹੋ, ਇਸ ਪੱਖੋਂ ਆਪਣੇ ਆਪ ਨੂੰ ਜਗਾ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਦੇਖੋ ਇਹਦੇ ਵਿੱਚ ਕੀਟ ਲਫ਼ਜ਼ ਦੋ ਵਾਰੀ ਆ ਰਿਹਾ, ਕੀਟਾਂ ਅੰਦਰ ਕੀਟ ਔਰ ਜੋ ਇਹਦੇ ਮੀਨਿੰਗ ਅਸੀਂ ਬਹੁਤ ਵਾਰੀ ਸੁਣੇ ਹੋਏ, ਇਹਦੇ 'ਚ ਇੰਝ ਲੱਗ ਰਿਹਾ ਕਿ ਵੀ ਕੀੜਿਆਂ ਨੂੰ ਕੁਛ ਕਿਹਾ ਜਾ ਰਿਹਾ ਕਿ ਵੀ ਉਹਦੇ ਵਰਗੀ ਤੇਰੀ ਲਾਈਫ ਗੰਦੀ ਲਾਈ ਜਾਂ ਮਾੜੀ ਲਾਈ, ਹੈ ਨਾ। ਲੇਕਿਨ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕੀਟਾਂ ਅੰਦਰ ਕੀਟ,
ਫਾਰਮੇਸ਼ਨ ਕਿਸੀ ਕੀੜੇ ਬਣਾਏ ਕਿਸੇ ਨੇ। ਦੇਖੋ ਪੁਆਇੰਟ ਬਹੁਤ ਇੰਪੋਰਟੈਂਟ ਹੈ, ਮੇਰੇ ਜ਼ਿਹਨ ਵਿੱਚ ਇਹ ਚੀਜ਼ ਆਈ ਅਤੇ ਮੈਨੂੰ ਇਹਦੇ 'ਚੋਂ ਮੀਨਿੰਗ ਬਿਲਕੁਲ ਡਿਫਰੈਂਟ ਨਜ਼ਰ ਆਇਆ। ਭਾਸ਼ਾ ਹੈ ਸੁੱਚ ਕਹਿਣਾ ਕੀ ਚਾਹੁੰਦਾ, ਕੀਤਾ ਅੰਦਰ ਕੀ ਜਿਹੜਾ ਦੂਸਰਾ ਕੀਟ ਹੈ ਉਹਦੇ ਟੈਂਕੇ ਨੂੰ ਔਂਕੜ ਲਿੱਤੀ, ਦੈਟ ਮੀਨਸ ਸਿੰਗਲੋਟਿਕ ਵਚਨ। ਅਤੇ ਜਦੋਂ ਇੱਕ ਵਚਨ ਕੀਤਾ ਜਾ ਰਿਹਾ ਤਾਂ ਇੱਕ ਕਿਹੜਾ ਕੀੜਾ, ਲੇਕਿਨ ਉਹਦਾ ਸਾਨੂੰ ਜੋ ਅਰਥ ਮਿਲੇਗਾ ਉਹ ਪੂਰੇ ਸੈਂਟੈਂਸ ਮਿਲੇਗਾ, ਕੀਟਾਂ ਅੰਦਰ ਕੀਟ। ਜਿਵੇਂ ਮੰਨ ਲਓ ਅਸੀਂ ਇਹ ਸਮਝੀਏ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ, ਅਸੀਂ ਉਹਨੂੰ ਇੰਜੀਨੀਅਰ ਕਹਿੰਦੇ ਹਾਂ, ਲੇਕਿਨ ਕਿਸ ਕਰਕੇ ਕਹਿੰਦੇ ਹਾਂ, ਬਿਕੋਜ਼ ਆਫ ਉਹਦੇ ਜੋ ਬ੍ਰੇਨ 'ਚ ਉਹਦੇ ਅੰਦਰ ਜੋ ਇੰਜੀਨੀਅਰਿੰਗ ਹੈ ਵਸਦੀ ਹੈ। ਉਹਨੇ ਕਦੇ ਇੱਕ ਸਲਿਊਸ਼ਨ ਕਰਨਾ ਹੋਏਗਾ ਵੀ ਅਪਲਾਈ ਦਾ ਇੰਜੀਨੀਅਰਿੰਗ, ਉਹ ਜਦੋਂ ਘਰ ਹਟੇਗਾ ਕਹਿਣਗੇ ਯਾਰ ਇੰਜੀਨੀਅਰ ਨੇ ਕੰਮ ਕਮਾਲ ਕੀਤਾ, ਹੈ ਨਾ। ਹੁਣ ਇਹ ਕਿਵੇਂ ਔਰਤਾਂ ਦੇ ਵਿੱਚੋਂ ਜਿਹੜੇ ਨਿਕਲੇ ਨੇ ਬੰਦੇ ਬਾਹਰ, ਸੋ ਜਿਨ੍ਹਾਂ ਨੇ ਉੱਥੇ ਜੁਗਾੜ ਲਗਾਇਆ ਰੈਟ ਮਾਈਨਸ, ਸੋ ਮਤਲਬ ਉਹਨਾਂ ਨੇ ਆਪਣੀ ਇੰਜੀਨੀਅਰਿੰਗ ਲਗਾਈ। ਸੋ ਇੱਥੇ ਜਦੋਂ ਪਾਸ਼ਾ ਕੀਟ ਜਿਹਦੇ ਥੱਲੇ ਟੈਂਕੇ ਥੱਲੇ ਔਂਕੜ ਹੈ, ਉਹ ਕਹਿ ਰਹੇ ਨੇ ਜਿਹਨੂੰ ਅਸੀਂ ਕਹਿ ਲਈਏ ਕਿ ਵੀ ਕੀੜੇ ਦਾ ਲਾਈਫ ਸਟਾਈਲ, ਕੀਟਾਂ ਅੰਦਰ ਕੀਟ, ਕੀੜਿਆਂ ਦੇ ਅੰਦਰ ਜਿਵੇਂ ਸਕਸ਼ਮਤਾ ਹੈ ਉਹਨਾਂ ਦੇ ਜੀਵਨ ਨੂੰ ਬਤੀਤ ਕਰਨ ਦੀ। ਅਸੀਂ ਮੈਨੂੰ ਯਾਦ ਹੈ ਬਚਪਨ 'ਚ ਪੜ੍ਹਿਆ ਸੀ ਕਿ ਵੀ ਇੱਕ ਕੀੜੀ ਮਤਲਬ ਕਿੰਨਾ ਵਜ਼ਨ ਹੁੰਦਾ, ਆਪਣੇ ਵਜ਼ਨ ਤੋਂ ਉਹ 3 ਜਾਂ 4 ਟਾਈਮ ਜ਼ਿਆਦਾ ਲੋੜ ਚੁੱਕ ਕੇ ਕਿੰਨਾ ਲੰਬਾ ਸਫ਼ਰ ਤੈਅ ਕਰਕੇ ਆਪਣਾ ਖਾਣਾ ਪੀਣਾ ਜਾਂ ਰਹਿਣ ਦਾ ਜੋ ਵੀ ਉਹਨੇ ਇੰਤਜ਼ਾਮ ਕਰਨਾ ਹੈ ਉਹ ਕਰ ਲੈਂਦਾ। ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਇਸ ਚੀਜ਼ ਦੀ ਨਾ ਹੋਵੇ, ਲੇਕਿਨ ਐਕਸਪੈਕਟਰਮ ਸਾਇੰਸ ਮੈਗਜ਼ੀਨ ਆਉਂਦੀ ਸੀ ਇੰਗਲੈਂਡ ਤੋਂ, ਉਹਦੇ 'ਚ ਮੈਂ ਆਰਟੀਕਲ ਪੜ੍ਹਿਆ ਕਿ ਇਹ ਇੱਕ ਤਰ੍ਹਾਂ ਦੀ ਦੀਮਕ ਜਿਹੜੀ ਰੇਗਿਸਤਾਨ 'ਚ ਹੁੰਦੀ ਹੈ, ਸਹਾਰਾ ਡੈਜ਼ਰਟ ਦੀ ਉਹਨਾਂ ਦੀ ਸਟੱਡੀ ਸੀਗੇ, ਉਹਦੇ ਵਿੱਚ ਉਹ ਲਿਖਦੇ ਨੇ ਕਿ ਬਈ +68 ਡਿਗਰੀ ਸੈਲਸੀਅਸ ਟੈਂਪਰੇਚਰ ਹੁੰਦਾ ਹੈ ਗਰਮੀਆਂ ਵਿੱਚ ਸਹਾਰਾ, ਜਿਹੜਾ ਕਿ ਹਿਊਮਨ ਲਾਈਫ ਵਾਸਤੇ ਪੋਸੀਬਲ ਨਹੀਂ ਹੁੰਦਾ, ਕਿਉਂਕਿ ਹਿਊਮਨ ਤਾਂ ਸਰਵਾਈਵ ਨਹੀਂ ਕਰ ਸਕਦਾ। ਲੇਕਿਨ ਉਹ ਆਪਣਾ ਇੰਤਜ਼ਾਮ ਕਰਕੇ ਸਾਇੰਟਿਸਟ ਜਿਹੜੇ ਨੇ ਉਹ ਜਾ ਕੇ ਸਟੱਡੀਜ਼ ਕਰਦੇ ਨੇ, ਕਹਿੰਦੇ ਨੇ ਇਸ ਰੇਤ ਦੇ ਸਰਫੇਸ ਤੋਂ ਸਿਰਫ 1.5 ਫੁੱਟ ਥੱਲੇ ਪੂਰੀ ਕੋਲੋਨੀਜ਼ ਬਣੀਆਂ ਹੋਈਆਂ ਨੇ ਉਸ ਦੀਮਕ ਦੀ ਜਾਂ ਕੀੜੀ ਦੀ ਸਮਝ ਲਓ, ਜਿਹਦੇ ਵਿੱਚ ਥਰੂ ਆਊਟ ਦਾ ਈਅਰ ਜਿਹੜਾ ਕਹਿੰਦੇ ਅਸੀਂ ਮੈਜਰ ਕਰ ਸਕਦੇ ਹਾਂ ਜਿੰਨੀ ਐਕੂਰੇਸੀ ਦਾ 24 ਡਿਗਰੀ ±1 ਡਿਗਰੀ, ਕਹਿੰਦੇ ਇਸ ਤੋਂ ਐਕੂਰੇਟ ਅਸੀਂ ਕਰ ਨਹੀਂ ਸਕਦੇ, ਉੱਥੇ ਮਸ਼ੀਨਾਂ ਨਹੀਂ ਅਸੀਂ ਲੈ ਜਾ ਸਕਦੇ, ਇਹੋ ਜਿਹੀਆਂ ਬਣਾ ਨਹੀਂ ਸਕਦੇ, ਲੇਕਿਨ ਇੰਨੀ ਐਕੂਰੇਸੀ ਵਿੱਚ ਅੰਦਰ ਟੈਂਪਰੇਚਰ ਮੈਂਟੇਨ ਹੈ ਉਹਨਾਂ ਦੀ ਕਾਲੋਨੀਜ਼ ਸਮਝ ਸਕਦੇ ਕਿ ਬਿਲਕੁਲ ਹੀ ਕੋਈ ਮਹੀਨ ਦੀ ਕਾਲੋਨੀ ਹੋਣੀ। ਲੇਕਿਨ ਉਹ ਸਾਇੰਟਿਸਟ ਨੇ ਉੱਥੋਂ ਸਟੱਡੀ ਕੀਤੀ ਕਿ ਇਹਨਾਂ ਨੇ ਸਿਰਫ ਏਅਰ ਫਲੋ ਇੱਕ ਸਿਰਫ ਹੋਲ ਬਾਹਰ ਹੈ ਇੱਕ ਇੱਧਰ ਵਿੱਚ ਪੂਰੀ ਕਾਲੋਨੀ, ਕਹਿੰਦੇ ਏਅਰ ਫਲੋ ਔਰ ਉਹਨਾਂ ਦੇ ਜਿਹੜੇ ਵੈਂਟੀਲੇਟਰ ਬਣੇ ਉਹਨਾਂ ਦਾ ਐਂਗਲ ਡਿਟੋ ਸੇਮ, ਹਜ਼ਾਰਾਂ ਇੰਚ ਵੈਂਟੀਲੇਟਰ ਬਣੇ ਹੋਏ ਔਰ ਬਿਲਕੁਲ ਐਂਗਲ ਸੇਮ ਹੈ, ਉਹਨਾਂ ਦੀ ਸਾਈਜ਼ ਹਰ ਚੀਜ਼ ਮੈਂਟੇਨਡ ਹੈ, ਔਰ ਉੱਥੇ ਸਾਲ ਦੇ 12 ਮਹੀਨੇ ਟੈਂਪਰੇਚਰ 1 ਮੈਂਟੇਨ ਰਹਿੰਦਾ ਜਿਹੜਾ ਉਹਨਾਂ ਵਾਸਤੇ ਲਿਵੇਬਲ। ਉਹਨਾਂ ਨੇ ਇੰਗਲੈਂਡ ਵਿੱਚ ਇੱਕ ਬਿਲਡਿੰਗ ਟਰਾਈ ਕੀਤੀ ਜਿਹਨੂੰ ਉਹਨਾਂ ਨੇ ਤਕਰੀਬਨ 15 ਸਾਲ ਲਗਾਏ ਨਾਮ ਵਿੱਚ ਔਨ ਦਾ ਸੇਮ ਪੈਟਰਨ, ਬਟ ਦੇ ਕੁਡ ਨਾਟ, ਕੁਛ ਅਚੀਵਮੈਂਟ ਹੋਈ ਲੇਕਿਨ ਕਹਿੰਦੇ ਅਸੀਂ ਉਹ ਚੀਜ਼ ਨਹੀਂ ਕਰ ਪਾਏ ਕਿਉਂਕਿ ਸਾਲ ਦੇ 12 ਮਹੀਨੇ ਵਿਦਾਊਟ ਐਨੀ ਗਜਟ ਟੈਂਪਰੇਚਰ ਮੈਂਟੇਨ ਨਹੀਂ ਕਰ ਸਕਦੇ। ਅਤੇ ਮੈਨੂੰ ਲੱਗਿਆ ਕਿ ਪਾਸ਼ਾ ਕੀੜਿਆਂ ਨੂੰ ਮਾੜਾ ਕਹਿੰਦੀ ਇੱਥੇ ਗੱਲ ਕਰ ਰਿਹਾ, ਹੁਣ ਕਹਿ ਨਹੀਂ ਕਰ ਰਿਹਾ, ਕੀੜਿਆਂ ਦੀ ਲਾਈਫ ਗੰਦੀ ਹੁੰਦੀ ਹੈ ਹਰ ਕਿਸੇ ਕਹਿ ਰਿਹਾ, ਕਿਉਂਕਿ ਪੂਰਾ ਇੱਕ ਸਰਕਲ ਹੈ ਲਾਈਫ ਸਾਈਕਲ ਹੈ, ਕੀੜੇ ਵੀ ਪਾਰਟ ਆਫ ਸਾਡੀ ਲਾਈਫ ਸਾਈਕਲ,
हर जीव जन हर पेड़ पौधा हर चीज साड़ी लाइफ का पार्ट है, कोई भी ये बाहर नहीं हो सकता। बाहर होते ही चेन इंबैलेंस हो जाए, सब का सर्वाइवल औखा हो जाए। सो जो ये गल कह रहे हैं कि भी सक्षम है अपना कार व्यवहार अपनी लाइफ को ढंग चला, क्योंकि वह कुदरत की दी रजा को फॉलो कर रहा है, वो बाहर नहीं जाता पहुंचे चल चाहे दी लाइफ घंटिया की है चाहे मिनटा की है चाहे दिन की, वो फॉलो कर। सो कह रहे हैं जेकर वो अपनी कीड़े पाना मतलब अपनी जो लाइफ स्टाइल उन्होंने दिता गया जो हैबिटेट उन्होंने दिता गया वो उन्होंने फॉलो करते हुए जी सकता है अपनी लाइफ को बिता सकता है। कर दोषी दोष न दे, तू हर गल से दोष किसी से मुड़ना सीखना है और जो किसी से नहीं तो सब तो ईजी टारगेट कौन है सू सब पता है तो रब ने मेरे मैच क्यों किया है ना। इस पक्षों साढ़े अंदर साढ़े अंतकरण जगाया जा रहा है कि हर गल वास्ते दोष, तू अपना लाइफ स्टाइल क्यों नहीं जीता पर दूर तेन मिली हुई है हर चीज कोई घाट नहीं है। स्टिल यूर हर चीज वास्ते दुआ करना, हर चीज वास्ते अज दवा चाहिए नहीं, हर चीज वास्ते कल कलैश, यह साडा लाइफ स्टाइल घर तो लैके समाज तक सब जगह चाहिए। सो यह पातशाह इस पक्षों जगा रहे हैं कि तेनों यह दोष देने तो तू मुक्त हो जाए। दत्ता दोष ना दे किसे, दोष करना अपने जो मैं किया सो मैं पाया, दोष ना दीजे अवसर। हुण ये अपनी सोच वाल मैसेज है सारा, किसी के परछाए नहीं कि उन्हें अंज किया होंगे तो मेरा इन्ना होता। यस ए रिलेटिव रिलेशन है, असि एक दूजे रिलेशन है सारे। जो मान लो कोई चंगयाई करता और वो अगों बुरियाई का जवाब आता तो सानू लगता है ना कि चंगयाई का की करता, फिर असं ये भी कह दें शराफा छोड़ दी मैंने, यह बस नहीं करता। जे मैनू पता है कि पूरे मार्ग जिन्हें बताया ऐसा गुर बटपाकी पाया कि मार्ग तो यही है। हूँ जो मान लो इनू नहीं आती ईमानदारी की कदर ये को नहीं है, विश्वास की कदर ये को नहीं है, तो दोष अदा नहीं है ना, ये अपना जीना नहीं छेगा। इस पक्षों सानू सुचेत किया जाएगा, टिप फॉर टैप नहीं बनाना कि जे हूँ इन्हें शराबत की कदर नहीं पाई तो मैं भी शराबत छी एनू, फिर ये दोषी ये दोषपूर्ण हो जाएगा, ये खराबी पैदा करेगा मेरे वास्ते भी समाज वास्ते। जो बच्चा मान लो अपने घर का है तो असं कि देर बर्दाश्त करते हैं सारी उम्र करते हैं, लेकिन इंज नहीं होता कि सारा कुछ माड़ा ही होता है। जो चंगियाई बीजांगे उसकी पालना करांगे उसका पौधा वड्डा करने की पूरी कोशिश अपनी जदोजहद लगा देंगे, सुकड़ नहीं देंगे किसी मौसम की मार किसी होर की अखां के थले किसी की तेज दुख की वजह ना, जे उन्हें नहीं थले लगन देंगे तो फिर ये अपने आप वो जिवें कीटा अंदर कीट है ना, इंजे ही है इंसान तेरे अंदर भी इंसानियत है। सो इन सिर्फ नर्चर करके इन्हें प्रफुल्लित कर, किसी ने देखा किसी से दोष मर के उन्होंने त्यागन की उन्होंने छड़न की गल हरगिज़ दिमाग में नहीं आ, अपनी सोच में इस पक्षों मजबूत कर। नानक निर्गुण गुण करे गुण अंत्या गुण दे, नानक असं समझ रहे हैं पातशाह अपने वाल मुखातिब होकर करता है। मीनस जे मैं पढ़ रहा तो सिक्ख्यार्थी के तौर पर मैं अपने वाल मुखातिब होकर करता संदेश है। निर्गुण गुण करे
ਤਾਂ ਹੈਗੇ ਨੇ ਲੇਕਿਨ ਉਹਦੀ ਯੂਜੇਜ ਕੋਈ ਨਹੀਂ ਆਉਂਦੀ, ਸਮੇਂ ਸਿਰ ਉਹਦਾ ਯੂਜ਼ ਨਹੀਂ ਕੀਤਾ। ਫਿਰ ਕਹਿ ਰਹੇ ਨੇ ਗੁਣਵੰਤਿਆਂ ਗੁਣ ਦੇ। ਹੁਣ ਗੁਣਵੰਤਿਆਂ ਨੂੰ ਜਿਹਨਾਂ ਕੋਲ ਗੁਣ ਹੈਗੇ ਨੇ ਉਹਨਾਂ ਨੂੰ ਕਿਹੜਾ ਗੁਣ ਦੇਣਾ ਹੈ? ਇਹ ਦੋਨੋਂ ਚੀਜ਼ਾਂ ਸਾਨੂੰ ਇੱਕ ਚੀਜ਼ ਪਾਸੇ ਸਾਡਾ ਧਿਆਨ ਦਿਵਾਉਂਦੀਆਂ ਨੇ, ਉਹ ਇਹ ਕਿ ਮੈਨੂੰ ਬੋਲਣਾ ਧਿਆਨ ਦਿਆ, ਲੇਕਿਨ ਐਸੇ ਬੋਲ ਆਉਂਦੇ ਨੇ ਜਿਹੜੇ ਦੂਜੇ ਨੂੰ ਉੱਚ ਬੋਲ ਦਿੰਦਾ, ਇਹ ਨਿਰਗੁਣ ਅਵਸਥਾ। ਮੈਨੂੰ ਅੱਖਾਂ ਨਾਲ ਦੇਖਣਾ ਧਿਆਨ ਦਿਆ ਤਾਂ ਮੈਂ ਅਗਲੇ ਦੀ ਪੱਤ ਲਾ ਦਿੰਦਾ, ਐਸੀ ਤਕਨੀਕ, ਅਗਲੇ ਦਾ ਖੂਨ ਸੁਕਾ ਦਿੰਦਾ, ਐਸੀ ਤਕਨੀਕ ਦੇਖਣਾ ਆਉਂਦਾ। ਝਾਂਕਣਾ ਵੀ ਆਉਂਦਾ ਪਰ ਦੂਜਿਆਂ ਦੇ ਘਰ ਭਾਂਬੜ ਪਾਲਣ ਵਾਸਤੇ, ਦੂਜਿਆਂ ਨੂੰ ਲਵਾਉਣ ਵਾਸਤੇ ਉਹਨੂੰ ਝਾਂਕਣਾ ਆਉਂਦਾ। ਆਪ ਨੜੇ ਕੇ ਲਵਾਉਣ ਮੈਂ ਸਿਰ ਨੀਵਾਂ ਕਰ ਵੇ ਨਹੀਂ ਆਉਂਦਾ, ਗੁਣ ਹੈਗਾ। ਵਰਤੋਂ ਜਿਹੜੀ ਹੈ ਉਹ ਵਸਤਾਂ ਚੱਲ, ਮੈਂ ਆਪਣੇ ਗਿਆਨ ਨਾਲ ਆਪਣੀ ਵਿਦਵਤਾ ਨਾਲ ਕਿਸੇ ਦਾ ਭਲਾ, ਕਿਸੇ ਦਾ ਹੀ ਨਹੀਂ ਮਤਲਬ ਕਈਆਂ ਦਾ ਭਲਾ ਕਰ ਸਕਦਾ, ਲੇਕਿਨ ਮੈਂ ਐਸਾ ਘੁਮਾਉਣਾ ਕਿ ਉਹ ਭੁਆਟੀਆਂ ਖਾਂਦਾ ਰਹਿੰਦਾ ਹੈ ਮੇਰੀ ਵਿਦਵਤਾ ਕਰਕੇ, ਮੇਰੇ ਗਿਆਨ ਕਰਕੇ, ਕਿਉਂਕਿ ਉਹਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੈ। ਮੈਂ ਉਹਨੂੰ ਭੁਆਟੀ ਖਵਾਤੀ ਔਰ ਅਲਟੀਮੇਟਲੀ ਮੇਰਾ ਮਿਸ਼ਨ ਕੀ ਹੋਏਗਾ ਕਿ ਵੀ ਇਹ ਅੰਡਰ ਹੈਂਡ ਮੈਨੂੰ ਕੁਛ ਦੇ ਅਤੇ ਮੈਂ ਰਾਜ। ਸੋ ਸਾਰੀ ਚੀਜ਼ਾਂ ਸਾਰੇ ਗੁਣ ਮੇਰੇ ਕੋਲ ਹੁੰਦਿਆਂ ਹੋਇਆ ਮੈਂ ਕੰਜੂਸ, ਮੈਂ ਪਿੱਛੇ ਪਿੱਛੇ ਆਪਣਾ ਬੱਚਾ ਹੈ ਜੇ ਉਹ ਫਸਟ ਸੈਕਿੰਡ ਥਰਡ ਕੁਝ ਵੀ ਆ ਗਿਆ ਤਾਂ ਮੈਂ ਤਾੜੀਆਂ ਖੜ੍ਹੇ ਹੋ ਕੇ ਮਾਰਾਂ, ਅਤੇ ਜੇ ਹੋਰ ਕਿਸੇ ਨੇ ਗੇਮ ਅੱਛੀ ਦਿਖਾਈ ਹੈ ਤਾਂ ਮੈਂ ਸੰਕੋਚ ਕਰ ਜਾਵਾਂ, ਮੈਂ ਅੱਖਾਂ ਤੋਂ ਓਹਲੇ ਕਰ ਜਾਵਾਂ, ਜਾਂ ਇਸ ਤਰ੍ਹਾਂ ਦੇ ਕੋਈ ਵੀ ਇੰਸੀਡੈਂਟ ਹੋ ਸਕਦਾ ਕਿ ਜਦੋਂ ਮੈਂ ਚੰਗਿਆਈ ਨੂੰ ਐਕਨੋਲੇਜ ਕਰਨ ਤੋਂ ਸੰਕੋਚ ਕਰਦਾ, ਪਿੱਛੇ ਹਟ ਚੁੱਪ ਰਹਿ ਜਾ, ਬੋਲਣਾ ਹੀ ਨਾ, ਥੋਪੜਾ ਹੀ ਨਾ ਲਵਾਂ। ਸੋ ਇਹ ਸਾਰੀ ਬਿਰਤੀਆਂ ਜਿਹੜੀਆਂ ਨੇ ਇਹਨੂੰ ਨਿਰਗੁਣ ਅਵਸਥਾ ਕਿਹਾ। ਅਤੇ ਗੁਣਵੰਤਿਆਂ ਕਿ ਵੀ ਜੇ ਗੁਣ ਹੈ ਤਾਂ ਪੈਸਾ ਯੂਜ਼ ਕਰੋ, ਇਸਤੇਮਾਲ ਕਰੋ, ਫਾਇਦਾ ਉਠਾਓ, ਇਹਦੇ ਸੰਕੋਚ ਕਿਉਂ ਕਰੋ? ਸੋ ਇਹ ਇਸ ਪੱਖੋਂ ਪਾਤਸ਼ਾਹ ਇਹਦੇ ਵਿੱਚ ਇਹ ਗੱਲ ਕਹਿਣਾ ਚਾਹੁੰਦੇ ਨੇ ਸਾਨੂੰ ਕਿ ਹੁਣੇ ਅਸੀਂ ਜਿਵੇਂ ਉਹ ਪੰਕਤੀ ਖੋਲ ਕੀਤੀ ਕਿ ਜੇ ਗੁਣ ਹੋਵੇ ਸਾਜਨਾ ਮੇਰੇ ਸਾਂਝ ਕਰੀਜੇ, ਸਾਂਝ ਕਰੀਜੇ ਗੁਣਾ ਕੇ ਛੋੜ ਅਵਗੁਣ ਚਲੀਏ, ਡਬਲ ਫਾਇਦਾ। ਇੱਕ ਤਾਂ ਅਵਗੁਣਾਂ ਦੀ ਗਿਣਤੀ ਘੱਟਦੀ ਜਾਏਗੀ ਮੇਰੀ ਸੋਚ 'ਚੋਂ, ਦੂਸਰਾ ਇਹ ਗੁਣ ਵੰਡਣੇ ਸ਼ੁਰੂ ਕਰਾਂਗਾ ਕਿ ਮੈਂ ਵੀ ਚੈਨ 'ਚ, ਸਾਹਮਣੇ ਵਾਲਾ ਵੀ ਚੈਨ 'ਚ, ਮਤਲਬ ਫਾਇਦਾ ਹੀ ਫਾਇਦਾ। ਲਾਸਟ ਇਸ ਪੌੜੀ ਬਣਦੀ ਹੈ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ। ਤਿਸ ਅਗੇਨ ਇੱਥੇ ਅਸੀਂ ਮੈਨੂੰ ਲੱਗਦਾ ਕਿ ਸਭ ਨੂੰ ਕਲੀਅਰ, ਦਿਸ ਇਜ਼ ਰਿਗਾਰਡਿੰਗ ਮਾਈ ਸੈਲਫ, ਮੇਰੇ ਮਨ ਦੇ ਵਿੱਚ ਆਏ ਹੋਏ। ਤੇਹਾ ਕੋਈ ਨਾ ਸੁਝਾਈ, ਇਸ ਤਰ੍ਹਾਂ ਦਾ ਕੋਈ ਸੁਝਦਾ ਨਹੀਂ ਹੈ ਜੇ ਤਿਸ ਗੁਣ ਕੋਈ ਕਰੇ, ਕਿ ਇਹ ਗੁਣ ਹੋਰ ਕਿਸੇ ਪਾਸੋਂ ਆ ਸਕਦੇ। ਦੇਖੋ ਸਰ, ਪਹਿਲਾ ਲਫ਼ਜ਼ ਤੇਹਾ ਆਇਆ ਹੈ, ਅਸੀਂ ਮਤਲਬ ਉਹਦਾ ਜੇ ਬਿਲਕੁਲ ਸਟੇਟ ਫਾਰਵਰਡ ਮੀਨਿੰਗ ਲਈਏ ਤਾਂ ਉਹ ਅਸੀਂ ਕਹਾਂਗੇ ਪਰਮਾਤਮਾ ਬਾਰੇ ਆਇਆ। ਤੇਹਾ ਕੋਈ ਨਾ ਸੋਝੇ ਜੇ ਤਿਸ, ਤਿਸ ਮਤਲਬ ਮੇਰੇ ਮਨ ਨੂੰ, ਪਰਮਾਤਮਾ ਤੋਂ ਇਲਾਵਾ ਕੋਈ ਸੁਝਦਾ ਨਹੀਂ ਹੈ, ਹੋਰ ਕੋਈ ਹੋ ਸਕਦਾ। ਇਹਦਾ ਮਤਲਬ ਕੀ ਹੋਇਆ ਕਿ ਮੇਰਾ ਮਨ ਜਿਹੜਾ ਹੈ ਇਹ ਮਾਧਿਅਮ ਹੈ, ਮੇਰੀ ਸੋਚ ਜਿਹੜੀ ਹੈ ਇਹ ਮਾਧਿਅਮ ਹੈ, ਕਿਹਦੇ ਵਿੱਚ? ਰੱਬੀ ਗੁਣਾਂ ਵਿੱਚ, ਔਰ ਮੇਰੇ ਅੰਦਰ ਦਾ ਮੇਰਾ ਚਰਿੱਤਰ ਜਿਹੜਾ ਨਿਰਮਾਣ ਹੋ ਗਿਆ, ਬਣ ਰਿਹਾ ਉਹਦੇ ਵਿੱਚ, ਮੇਰਾ ਜੋ ਸੁਭਾਵ ਬਣ ਰਿਹਾ ਉਹ ਦੋਨਾਂ ਵਿੱਚ ਇਹ ਮਾਧਿਅਮ ਹੈ। ਸੋ ਮਨ ਨੂੰ ਹੈਲਦੀ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੰਨੇ ਹੀ ਰੱਬੀ ਗੁਣਾਂ ਨੂੰ ਦੇਖਣਾ, ਪੜ੍ਹਨਾ, ਸਮਝਣਾ ਔਰ ਫਿਰ ਅਪਣਾਉਣਾ।
ਇਸ ਮਾਧਿਅਮ ਨੂੰ ਕਦੀ ਕਮਜ਼ੋਰ ਨਹੀਂ ਹੋਣ ਦੇਣਾ, ਮਨ ਨੂੰ ਕਦੀ ਢਹਿੰਦੀ ਗੱਲਾਂ 'ਚ ਨਹੀਂ ਜਾਣ ਦੇਣਾ, ਕਦੀ ਹਾਰਿਆ ਹੋਇਆ ਮਹਿਸੂਸ ਨਹੀਂ ਕਰਨਾ। ਜੇ ਮੰਨ ਲਓ ਤੁਸੀਂ ਬਹੁਤ ਕਿਸੇ ਨਾਲ ਚੰਗਾ ਪੂਰੀ ਉਮਰ ਕੀਤਾ, ਉਹ ਕਿਸੇ ਉਮਰ ਦੇ ਪੜਾਅ 'ਚ ਆ ਕੇ ਤੁਹਾਨੂੰ ਬਹੁਤ ਵੱਡਾ ਧੋਖਾ ਦੇ ਜਾਂਦਾ, ਅਸਰ ਤਾਂ ਮਾੜਾ ਹੀ ਹੁੰਦਾ। ਅਸੀਂ ਕੋਈ ਪੱਥਰ ਦੇ ਨਹੀਂ ਬਣੇ ਹੋਏ ਸਾਰੇ, ਅਸਰ ਤਾਂ ਮਾੜਾ ਹੁੰਦਾ, ਲੇਕਿਨ ਸੰਭਾਲਣ ਦੀ ਜਾਚ ਉਹ ਨਹੀਂ। ਉਸ ਟਾਈਮ ਅਸੀਂ ਯਾਦ ਕਰ ਸਕਦੇ ਹਾਂ ਆਪਣੇ ਪੁਰਾਤਨ ਜੋ ਸਾਡੇ ਬਜ਼ੁਰਗ ਸਨ, ਸਾਡੇ ਗੁਰੂ ਪਾਤਸ਼ਾਹ ਸਨ, ਉਹਨਾਂ ਨੇ ਕਦੀ ਵੀ ਢਹਿੰਦੀ ਕਲਾ 'ਚ ਕੋਈ ਗੱਲ ਨਹੀਂ ਕੀਤੀ, ਨਾ ਕੋਈ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਕਰਨ ਲੱਗਿਆਂ ਕਿਸੇ ਦੇ ਪੱਖੋਂ ਉਹਨਾਂ ਨੇ ਨਫ਼ਰਤ ਜਾਂ ਦੁਸ਼ਮਣੀ ਦੇ ਭਾਵ ਨਾਲ ਕੀਤਾ ਹੋਵੇ, ਇਸ ਤਰ੍ਹਾਂ ਦਾ ਕੋਈ ਤੁਹਾਨੂੰ ਇੰਸੀਡੈਂਟ ਨਹੀਂ ਮਿਲੇਗਾ ਪੂਰੀ ਹਿਸਟਰੀ ਵਿੱਚ। ਮੋਟੇ ਮੋਟੇ ਤੌਰ 'ਤੇ ਵੀ ਦੇਖ ਲਓ ਕਿੱਥੇ ਨਹੀਂ ਮਿਲੇਗਾ। ਸੋ ਇਹ ਜ਼ਿੰਦਾ ਦੀ ਵੀ ਅਸੀਂ ਕਹਿੰਦੇ ਹਾਂ ਬੜੀ ਰੇਅਰ ਹੈ, ਲੇਕਿਨ ਹੈ ਰੇਅਰ, ਇਸ ਕਰਕੇ ਕਿਉਂਕਿ ਅਸੀਂ ਉਹਦਾ ਯੂਜ਼ ਨਹੀਂ ਕੀਤਾ, ਹੈ ਨਾ। ਪਾਤਸ਼ਾਹ ਧਰਤੀ ਤਵੀ 'ਤੇ ਬਹਿ ਕੇ ਕਿੱਥੇ ਹੁਕਮ ਦੀ ਫਰਮਾਨ ਜਾਰੀ ਕਰ ਰਹੇ ਕਿ ਜਹਾਂਗੀਰ ਦਾ ਗਲਾ ਤਾਰਨਾ ਮੇਰੇ ਕੋਲ, ਇਹ ਬਦਲਾ ਪੂਰਾ ਲੈਣਾ ਮੇਰੇ ਤੋਂ, ਕਿੱਥੇ ਨਹੀਂ ਮਿਲੇਗਾ ਨਾ। ਹਿਸਟਰੀ 'ਚ ਵੀ ਨਹੀਂ ਕਿਸੇ ਨੇ ਲਿਖਿਆ, ਸਾਡੇ ਕੋਲ ਅਥੈਂਟਿਕ ਹੈ ਜਾਂ ਨਹੀਂ ਉਹ ਗੱਲ ਵੱਖਰੀ ਹੈ, ਲੇਕਿਨ ਕਿਸੇ ਨੇ ਲਿਖਿਆ ਹੀ ਨਹੀਂ। ਇਹਦਾ ਮਤਲਬ ਹੈ ਕਿ ਵੀ ਪਾਤਸ਼ਾਹ ਦੇ ਜੀਵਨ ਤੋਂ ਵੀ ਸੰਦੇਸ਼ ਜਿਹੜਾ ਵੇ ਉਹ ਗੁਰਬਾਣੀ ਦੇ ਨਾਲ ਬਿਲਕੁਲ ਬਹੁਤ ਬਹੁਤ ਪਿੱਛੇ ਹੋਇਆ, ਉਹ ਸਾਨੂੰ ਦੇਖਣ ਨੂੰ ਮਿਲਦਾ ਕਿ ਹੁਣ ਇਹਨੂੰ 100 ਦੇ ਨਾਲ ਮੇਰੇ ਕੋਲ ਹੈ ਹੀ ਕੱਲ ਹੀ। ਸੋ ਇਸ ਪੱਖੋਂ ਆਪਣੇ ਮਨ ਨੂੰ ਹਮੇਸ਼ਾ ਮਜ਼ਬੂਤ ਰੱਖਣਾ, ਜ਼ਿੰਦਾ ਦੇ ਰੱਖਣਾ ਜਿਹਨੂੰ ਕਹਿੰਦੇ ਹਾਂ, ਕਿ ਕਦੀ ਵੀ ਢਹਿੰਦੀ ਕਲਾ 'ਚ ਆਪਣੇ ਆਪ ਨੂੰ ਜਾਣ ਨਹੀਂ ਦੇਣਾ। ਇਹ ਅੱਜ ਦੀ ਡੇਟ 'ਚ ਨਾ ਡਿਪਰੈਸ਼ਨ ਬੜਾ ਕਾਮਨ ਲਫ਼ਜ਼ ਹੈ ਦੁਨੀਆ ਵਿੱਚ, ਘਰ ਘਰ ਪਹਿਲੇ ਅਸੀਂ ਸੁਣਦੇ ਸਾਂ। ਮੈਨੂੰ ਯਾਦ ਹੈ ਕਿ ਵੀ ਸਾਡੇ ਕੁਛ ਰਿਲੇਸ਼ਨ ਉੱਥੇ ਹੈਗੇ ਸਨ ਬਾਹਰ ਫੋਰਨ ਵਿੱਚ, ਅਤੇ ਉਹ ਕਹਿੰਦੇ ਅਮੈਰੀਕਾ ਵੇਚਣਾ ਜੀ ਡਿਪਰੈਸ਼ਨ ਦੀ ਬੜੀ ਰੋਣ, ਇੱਥੇ ਕਦੀ ਸੁਣੀ ਨਹੀਂ ਸੀ ਕਿਸੇ ਨੇ। ਅਸੀਂ ਸੋਚਦੇ ਹੁੰਦੇ ਸੀ ਵੀ ਇਹ ਕੀ ਚੀਜ਼ ਹੁੰਦੀ ਹੈ, ਲੇਕਿਨ ਹੁਣ ਤੁਸੀਂ ਦੇਖੋ, ਹੁਣ ਕਹਿੰਦੇ ਜਿੱਥੇ ਨਿੱਕੇ ਜਿਹੇ ਸਕੂਲ ਜਾਂਦੇ ਬੱਚਿਆਂ ਨੂੰ ਡਿਪਰੈਸ਼ਨ, ਕਿਉਂ ਕਦਾ ਹੋਰ ਵੀ ਕੀਤਾ ਹੋਇਆ, ਅਤੇ ਉਹ ਕ੍ਰੀਏਸ਼ਨ ਕੀ ਹੈ, ਕਿਹਦੀ ਬਣਾਈ ਹੋਈ ਕ੍ਰੀਏਸ਼ਨ, ਉਹ ਅਨਨੈਸੈਸਰੀ ਜਿਹੜਾ ਪ੍ਰੈਸ਼ਰ ਅਸੀਂ ਕ੍ਰੀਏਟ ਕਰਦੇ ਹਾਂ ਕਿ ਮੇਰਾ ਬੱਚਾ ਹਮੇਸ਼ਾ ਹਰ ਚੀਜ਼ ਵਿੱਚ ਫਸਟ ਹੀ ਪੋਜੀਸ਼ਨ ਲੈਣੀ ਚਾਹੀਦੀ। ਇੰਨਾ ਪ੍ਰੈਸ਼ਰ ਕ੍ਰੀਏਟ ਕਰਦੇ ਨੇ, ਬਿਮਾਰੀ ਤਾਂ ਅਸੀਂ ਕ੍ਰੀਏਟ ਕਰ ਲੈਂਦੇ, ਅਤੇ ਡਿਪਰੈਸ਼ਨ ਕਹਿ ਕੇ ਡਾਕਟਰ ਕੋਲ ਗੋਲੀਆਂ ਖਾਂਦੇ ਪਏ, ਆਪ ਵੀ ਖਾਂਦੇ ਪਏ, ਨਾ ਸਾਨੂੰ ਨੀਂਦ ਆਉਂਦੀ ਟਾਈਮ 'ਚ, ਨਾ ਜਾਗਣਾ ਆਉਂਦਾ ਟਾਈਮ 'ਚ, ਨਾ ਸਾਰਾ ਦਿਨ ਚੱਲਣਾ ਆਉਂਦਾ ਟਾਈਮ ਦੇ ਮੁਤਾਬਕ। ਸੋ ਠੱਪੇ ਠੱਪੇ ਬੁੱਝੇ ਬੁੱਝੇ ਗੱਲ ਕਰਾਂਗੇ ਤਾਂ ਔਖੇ ਔਖੇ। ਸੋ ਇਹ ਰੀਜ਼ਨ ਨਹੀਂ ਹੈ ਕਿ ਅਨਨੈਸੈਸਰੀ ਆਪਣੇ ਸਿਰ 'ਤੇ ਪ੍ਰੈਸ਼ਰ ਕ੍ਰੀਏਟ ਕਰੀ ਜਾ। ਵੇਅਰ ਐਸ ਲਾਈਫ ਇਜ਼ ਸੋ ਈਜ਼ੀ, ਜੇ ਸਿੰਪਲੀਸਿਟੀ ਨਾਲ ਇਹਨੂੰ ਫੋਲੋ ਕਰਦੇ ਰਹੀਏ, ਸਹਿਜੇ ਹੋਏ ਸੋ ਹੋਏ, ਸਹਿਜ ਵਾਲੀ ਅਵਸਥਾ ਮਿਸਿੰਗ ਹੈ, ਟੋਟਲੀ ਮਿਸਿੰਗ ਹੈ। ਸੋ ਇਹ ਡਿਪਰੈਸ਼ਨ ਕੋਈ ਬਿਮਾਰੀ ਨਹੀਂ, ਗੋਲੀਆਂ ਜਿਹੜੀ ਲੈ ਰਹੇ ਹਾਂ ਮਾਫ ਕਰਨਾ, ਉਹ ਸਾਡੇ ਦਿਮਾਗ ਨੂੰ ਉਹ ਖਰਾਬੀ ਕਰ ਰਹੀ ਹੈ, ਉਹ ਵੀ ਸਾਡੇ ਕੋਈ ਫਾਇਦੇਮੰਦ ਨਹੀਂ, ਟੈਂਪਰੇਰੀ ਇਲਾਜ ਹੀ। ਸਾਰੀ ਉਮਰ ਗੋਲੀਆਂ ਖਾਂਦੇ ਰਹਾਂਗੇ, ਬ੍ਰੇਨ ਨਰਵਸ ਸਿਸਟਮ ਵੀ ਖਤਮ ਹੋ ਜਾਏਗਾ, ਵੀਕ ਹੋ ਜਾਏਗਾ, ਫਿਰ ਹੋਰ ਨਵੀਂ ਬਿਮਾਰੀ ਆ ਜਾਏਗੀ। ਸੋ ਆਪਣੇ ਆਪ ਨੂੰ ਸਟੇਬਲ ਰੱਖਣਾ, ਆਪਣੇ ਆਪ ਨੂੰ ਜ਼ਿੰਦਾ ਦਿਲ ਰੱਖਣਾ, ਆਪਣੇ ਆਪ ਨੂੰ ਮਜ਼ਬੂਤੀ 'ਚ ਰੱਖਣਾ, ਕਿਸੇ ਵੀ ਇਹ ਜੰਗ ਹੈ, ਅਸੀਂ ਜੰਗਾਂ ਹੋਰ ਬਹੁਤ ਪੜੀਆਂ ਨੇ, ਲੇਕਿਨ ਇਹ ਜੰਗ ਹੈ। ਸੋ ਜੰਗ ਵਿੱਚ ਖਾਲਸਾ ਇਜ਼ ਆਲਵੇਸ ਵਿਨਰ, ਉਹਦਾ ਮਤਲਬ ਇਹ ਨਹੀਂ ਕਿ ਉਹ 150 ਬੰਦਿਆਂ ਦੇ ਸਿਰ ਲਾ ਰਿਹਾ, ਨੋ। ਜਿਹੜਾ ਵੀ ਖਿਆਲ ਅੰਦਰ ਉਪਜਦਾ ਹੈ ਮੈਨੂੰ ਕਮਜ਼ੋਰ ਕਰਨ, ਮੈਨੂੰ ਰੱਬੀ ਗੁਣਾਂ ਤੋਂ ਡਿਗਾਉਣ ਵਾਸਤੇ, ਉਹਦਾ ਗਲਾ ਉਤਾਰ ਦਿੰਦਾ, ਉਹਦੇ ਤੋਂ ਮੁਕਤ ਹੋ ਜਾਂਦਾ। ਇਹ ਜੰਗ ਆਉਣੀ ਚਾਹੀਦੀ। ਸੋ ਜੇ ਇਹ ਜੰਗ ਆ ਜਾਏ ਤਾਂ ਫਿਰ ਇਹ ਗੱਲ ਜਿਹੜੀ ਸਮਝ ਆ ਜਾਏਗੀ, ਤੇਹਾ ਕੋਈ ਨਾ ਸਜਈ, ਇਹ ਮੇਰੇ ਮਨ ਤੂੰ ਹੀ ਮਾਧਿਅਮ ਹੈ, ਉੱਥੋਂ ਮੈਨੂੰ ਸੰਦੇਸ਼ ਜੋ ਮਿਲ ਰਹੇ ਨੇ ਪਲੀਜ਼ ਪਾਸ ਮੀ ਔਨ, ਇਹਨਾਂ ਨੂੰ ਐਨਾਲਾਈਜ਼ ਕਰਕੇ ਇਹਨਾਂ ਨੂੰ ਮੈਨੂੰ ਵਧਾਉਣ ਲੈ ਜਾਂਦਾ, ਤਾਂ ਕਿ
ਕੀੜੇ ਨੂੰ ਵੀ ਸਮਝ ਹੈ ਆਪਣਾ ਲਾਈਫ ਸਟਾਈਲ, ਉਹਨੂੰ ਪਤਾ, ਜਾਨਵਰ ਨੂੰ ਵੀ ਪਤਾ ਆਪਣਾ ਲਾਈਫ ਸਟਾਈਲ। ਸੋ ਮੈਨੂੰ ਵੀ ਪਤਾ ਹੋਣਾ ਚਾਹੀਦਾ ਵੀ ਇਨਸਾਨ, ਮੈਨੂੰ ਇਨਸਾਨੀਅਤ ਨੂੰ ਜੀਣਾ। ਸੋ ਇਹ ਜੋ ਸਮਝ ਆਇਆ।